ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਅੱਜ ਦੀ 12ਵੀਂ ਜਮਾਤ ਦੀ ਰਾਜਨੀਤੀ ਸ਼ਾਸਤਰ ਵਿਸ਼ੇ ਦੀ ਆਨਲਾਈਨ ਕਲਾਸ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਪੜਨ ਜਾ ਰਹੇ ਹਾਂ ਦਬਾਅ ਸਮੂਹਾਂ ਦੇ ਕੰਮ ਕਰਨ ਦੇ ਤਰੀਕੇ ਪਿਛਲੀ ਕਲਾਸ ਦੇ ਵਿੱਚ ਤੁਸੀਂ ਦਬਾਅ ਸਮੂਹਾਂ ਦੇ ਅਤੇ ਹਿੱਤ ਸਮੂਹਾਂ ਦੇ ਅਰਥ ਬਾਰੇ ਚੰਗੀ ਤਰ੍ਹਾਂ ਪੜਿਆ ਹੋਵੇਗਾ ਤਾਂ ਹੁਣ ਜੇਕਰ ਗੱਲ ਕਰੀਏ ਦਬਾਅ ਸਮੂਹ ਦੇ ਕੰਮਾਂ ਬਾਰੇ ਵੀ ਤੁਸੀਂ ਪੜ ਚੁੱਕੇ ਹੋ ਤੇ ਜੇ ਦਬਾਅ ਸਮੂਹ ਦੇ ਕੰਮ ਕਰਨ ਦੇ ਢੰਗ ਜਾਂ ਤਰੀਕਿਆਂ ਦੀ ਗੱਲ ਕਰਦੇ ਆ ਸਾਰੇ ਦਬਾਅ ਸਮੂਹ ਇੱਕੋ ਹੀ ਕਿਸਮ ਦੇ ਨਹੀਂ ਹੁੰਦੇ ਅਤੇ ਨਾ ਹੀ ਉਹਨਾਂ ਦੁਆਰਾ ਇੱਕੋ ਹੀ ਸਰੂਪ ਦੇ ਕਾਰਜ ਕੀਤੇ ਜਾਂਦੇ ਹਨ ਹਰੇਕ ਪ੍ਰਕਾਰ ਦੇ ਦਬਾਅ ਸਮੂਹ ਦਾ ਆਪਣਾ ਇੱਕ ਵਿਸ਼ੇਸ਼ਿਤ ਹੁੰਦਾ ਹੈ ਅਤੇ ਉਸ ਉਦੇਸ਼ ਦੀ ਪ੍ਰਾਪਤੀ ਹੀ ਉਸ ਦੀ ਕਾਰਜ ਪ੍ਰਣਾਲੀ ਨੂੰ ਸਹਿਦਿੰਦੀ ਹੈ ਉਹ ਸਾਂਝੇ ਹਿੱਤਾਂ ਦੀ ਰੱਖਿਆ ਅਤੇ ਵਿਕਾਸ ਲਈ ਜਿਹੜਾ ਸਾਧਨ ਵੀ ਕਿਸੇ ਦਬਾਅ ਸਮੂਹ ਨੂੰ ਉਚਿਤ ਪ੍ਰਤੀਤ ਹੁੰਦਾ ਹੈ ਉਹ ਸਮੂਹ ਉਹ ਸਾਧਨ ਦਾ ਸਹਾਰਾ ਲੈ ਕੇ ਸਰਕਾਰੀ ਨੀਤੀਆਂ ਜਾਂ ਨਿਰਣਿਆਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰਦਾ ਹੈ ਜੇਕਰਸੀਂ ਥੋੜੇ ਸ਼ਬਦਾਂ ਵਿੱਚ ਗੱਲ ਕਰੀਏ ਤਾਂ ਸਾਰੇ ਦਬਾਅ ਸਮੂਹਾਂ ਦੇ ਜਿਹੜੇ ਤਰੀਕੇ ਨੇ ਉਹ ਵੱਖ-ਵੱਖ ਤਰੀਕੇ ਹੁੰਦੇ ਆ ਜਿਹੜਾ ਵੀ ਕਿਸੇ ਦਬਾਅ ਸਮੂਹ ਨੂੰ ਤਰੀਕਾ ਜਿਹੜਾ ਠੁਕਵਾ ਜਾਂਦਾ ਹੈ ਤਾਂ ਉਸ ਤਰੀਕੇ ਦਾ ਸਹਾਰਾ ਲੈ ਕੇ ਆਪ ਜਿਹੜੇ ਸਰਕਾਰ ਦੀਆਂ ਨੀਤੀਆਂ ਜਾਂ ਨਿਰਣਿਆਂ ਹੈ ਉਹਨਾਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰਦਾ ਹੈ ਤਾਂ ਹੁਣ ਅਸੀਂ ਜਨਰਲੀ ਆਮ ਤੌਰ ਤੇ ਜਿਹੜੇ ਜਿਹੜੇ ਤਰੀਕੇ ਦਬਾਅ ਸਮੂਹਾਂ ਦੁਆਰਾ ਵਰਤੇ ਜਾਂਦੇ ਹਨ ਉਹਨਾਂ ਦੇ ਬਾਰੇ ਦੇ ਵਿੱਚ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਬੇਨਤੀ ਪੱਤਰ ਭੇਜਣਾ ਬੇਨਤੀ ਪੱਤਰ ਭੇਜਣਾ ਦਬਾਅ ਸਮੂਹ ਸੰਬੰਧਤ ਅਧਿਕਾਰੀਆਂ ਨੂੰ ਆਪਣੀਆਂ ਮੰਗਾਂ ਸੰਬੰਧੀ ਬੇਨਤੀ ਪੱਤਰ ਜਿਹੜਾ ਆਪਾਂ ਜਿਹੜਾ ਹੈਗਾ ਲੈਟਰ ਕਿਸੇ ਨੂੰ ਲਿਖ ਕੇ ਭੇਜਦੇ ਹਾਂ ਕਿਸੇ ਨੂੰ ਰਿਕੁਐਸਟ ਲਿਖ ਕੇ ਭੇਜਦੇ ਆ ਤਾਂ ਉਸ ਤਰ੍ਹਾਂ ਬੇਨਤੀ ਪੱਤਰ ਭੇਜਿਆ ਜਾਂਦਾ ਅਤੇ ਆਪਣੇ ਹਿੱਤਾਂ ਦੀ ਪੂਰਤੀ ਲਈ ਉਹਨਾਂ ਤੇ ਦਬਾਅ ਪਾਇਆ ਜਾਂਦਾ ਹੈ। ਕਈ ਵਾਰੀ ਉਹ ਆਪਣੇ ਸਾਰੇ ਮੈਂਬਰਾਂ ਨੂੰ ਸਬੰਧਤ ਅਧਿਕਾਰੀਆਂ ਨੂੰ ਚਿੱਠੀਆਂ ਤੇ ਤਾਰਾਂ ਆਦਿ ਭੇਜਣ ਲਈ ਵੀ ਆਖਦੇ ਹਨ ਅਤੇ ਪ੍ਰਭਾਵਿਤ ਕਰਦੇ ਹਨ। ਤਾਂ ਜੋ ਅਥਾਰਟੀ ਜਿਹਨੂੰ ਅਸੀਂ ਜਿਹਨੂੰ ਜਿਹੜੇ ਪੱਤਰ ਮੈਂਬਰ ਭੇਜ ਰਹੇ ਆ ਉਹ ਪ੍ਰਭਾਵਿਤ ਹੋਵੇ ਕਿ ਲੋਕਾਂ ਦੀ ਆਮ ਮੰਗ ਹੈ, ਡਿਮਾਂਡ ਹੈ ਇਹਨੂੰ ਪੂਰੀ ਕਰਨਾ ਬਣਦਾ ਹੈ। ਅਗਲਾ ਪੁਆਇੰਟ ਹੈ ਲੋਕ ਮਤ ਨੂੰ ਆਪਣੇ ਹੱਕ ਵਿੱਚ ਕਰਨਾ। ਦਬਾਸ਼ਮੂ ਲੋਕ ਰਾਏ ਨੂੰ ਆਪਣੇ ਹੱਕ ਵਿੱਚ ਕਰ ਲਈ ਸਦਾ ਯਤਨ ਕਰਦੇ ਰਹਿੰਦੇ ਹਨ ਅਤੇ ਇਸ ਉਦੇਸ਼ ਦੀ ਪੂਰਤੀ ਲਈ ਉਹ ਜਨਤਾ ਨਾਲ ਸੰਪਰਕ ਬਣਾਈ ਰੱਖਦੇ ਹਨ ਜਨਤਾ ਨਾਲ ਸੰਪਰਕ ਬਣਾਈ ਰੱਖਣ ਲਈ ਉਹ ਆਪਣੀਆਂ ਮੰਗਾਂ ਦਾ ਉਹਨਾਂ ਵਿੱਚ ਪ੍ਰਚਾਰ ਕਰਦੇ ਰਹਿੰਦੇ ਹਨ ਕਿਉਂਕਿ ਮੌਜੂਦਾ ਸਮੇਂ ਲੋਕਤੰਤਰ ਦਾ ਜੋਗ ਹੈ ਹਰੇਕ ਸਰਕਾਰ ਲੋਕਮਤ ਜੇਕਰ ਉਸ ਦੇ ਨਾਲ ਹੋਏਗਾ ਤਾਂ ਹੀ ਉਹ ਸੱਤਾ ਵਿੱਚ ਬਣੀ ਰਹਿ ਸਕਦੀ ਹੈ ਤੇ ਫਿਰ ਤੋਂ ਵਾਰ-ਵਾਰ ਚੁਣੀ ਜਾ ਸਕਦੀ ਹੈ ਇਸ ਲਈ ਜਿਹੜੇ ਦਬਾਅ ਸਮੂਹ ਨੇ ਉਹ ਲੋਕਾਂ ਦੇ ਵਿੱਚ ਪ੍ਰਚਾਰ ਕਰਦੇ ਨੇ ਆਪਣੀਆਂ ਮੰਗਾਂ ਦਾ ਤਾਂ ਕਿ ਲੋਕਮਤ ਉਹਨਾਂ ਦੇ ਹੱਕ ਵਿੱਚ ਹੋ ਜਾਵੇ ਤੇ ਜਿਸ ਗੱਲ ਦੇ ਵਿੱਚ ਲੋਕਮਤ ਹੈ ਉਸ ਗੱਲ ਨੂੰ ਮੰਨਣਾ ਹਰ ਕਾਇਨਿਤਿਕ ਦਲ ਦਾ ਜਿਹੜਾ ਜ਼ਰੂਰੀ ਕਰਤਾ ਹੋ ਹੁੰਦਾ ਕਿਉਂਕਿ ਉਹਨਾਂ ਨੇ ਲੋਕਾਂ ਦੇ ਮੱਤ ਦੀ ਜ਼ਰੂਰਤ ਹੁੰਦੀ ਹੈ ਵੋਟਾਂ ਨੂੰ ਲੈਣੀਆਂ ਹੁੰਦੀਆਂ ਇਸ ਲਈ ਲੋਕਮਤ ਨੂੰ ਉਹ ਅੱਖੋਂ ਪਰੋਖੇ ਨਹੀਂ ਕਰ ਸਕਦੇ ਇਸ ਤੋਂ ਬਾਅਦ ਅੱਗੇ ਜਨਤਕ ਮਾਧਿਮਾਂ ਦੀ ਵਰਤੋਂ ਦਬਾਅ ਸਮੂਹ ਆਪਣੇ ਹਿਤਾਾਂ ਦੀ ਪੂਰਤੀ ਲਈ ਜਨਤਕ ਮਾਧਿਅਮ ਜਿਵੇਂ ਕਿ ਰੇਡੀਓ ਜਨਤਕ ਮਾਧਿਅਮ ਜਿਹੜੇ ਜਨਤਾ ਦੇ ਨਾਲ ਜਿਨ੍ਹਾਂ ਦਾ ਸੰਪਰਕ ਜੋੜਦਾ ਹੈ ਰੇਡੀਓ ਹੈ ਟੈਲੀਵਿਜ਼ਨ ਹੈ ਅਖਬਾਰਾਂ ਹਨ ਰਸਾਲੇ ਹੈ ਇਹਨਾਂ ਦੇ ਪ੍ਰਯੋਗ ਰਾਹੀਂ ਲੋਕਾਂ ਤੱਕ ਦਬਾਅ ਸਮੂਹ ਆਪਣੀ ਮੰਗ ਜਾਂ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ ਰੇਡੀਓ ਅਤੇ ਟੈਲੀਵਿਜ਼ਨ ਤੋਂ ਆਪਣੇ ਵਿਚਾਰਾਂ ਦਾ ਪ੍ਰਸਾਰਣ ਕਰਦੇ ਹਨ ਅਤੇ ਅਖਬਾਰਾਂ ਅਤੇ ਰਸਾਲਿਆਂ ਵਿੱਚ ਲੇਖ ਆਦਿ ਲਿਖਦੇ ਹਨ ਕਈ ਦਬਾਅ ਸਮੂਹ ਤਾਂ ਆਪਣੇ ਸਪਤਾਹਿਕ ਅਖਬਾਰ ਆਦਿ ਚਲਾਉਂਦੇ ਹਨ ਅਤੇ ਦੂਸਰੇ ਸੰਪਾਦਕਾਂ ਆਦਿ ਨਾਲ ਸੰਪਰਕ ਪੈਦਾ ਕਰਦੇ ਹਨ ਤਾਂ ਜੋ ਆਪਣੀਆਂ ਮੰਗਾਂ ਦੇ ਹੱਕ ਵਿੱਚ ਉਹਨਾਂ ਕੋਲੋਂ ਸੰਪਾਦਕੀ ਲੇਖ ਆਦਿ ਲਿਖਵਾ ਸਕਣ ਹੜਤਾਲਾਂ ਧਰਨੇ ਪ੍ਰਦਰਸ਼ਨ ਰੈਲੀਆਂ ਆਦਿ ਇਹ ਵੀ ਦਬਾਅ ਸਮੂਹਾਂ ਦੁਆਰਾ ਆਮ ਤੌਰ ਤੇ ਵਰਤਿਆ ਜਾਣ ਵਾਲਾ ਸਾਧਨ ਹੈ ਦਬਾਅ ਸਮੂਹ ਸਰਕਾਰ ਤੇ ਦਬਾਅ ਪਾਉਣ ਲਈ ਹੜਤਾਲਾਂ ਧਰਨੇ ਰੈਲੀਆਂ ਅਤੇ ਪ੍ਰਦਰਸ਼ਨੀਆਂ ਆਦ ਦਾ ਸਹਾਰਾ ਲੈਂਦੇ ਹਨ ਇਨ੍ਹਾਂ ਸਾਧਨਾਂ ਦੀ ਵਰਤੋਂ ਉਸ ਵੇਲੇ ਕੀਤੀ ਜਾਂਦੀ ਹੈ ਜਦੋਂ ਬੇਨਤੀਆਂ ਆਦ ਭੇਜਨ ਦਾ ਸਰਕਾਰੀ ਅਧਿਕਾਰੀਆਂ ਤੇ ਕੋਈ ਅਸਰ ਨਹੀਂ ਪੈਂਦਾ ਭਾਰਤ ਵਿੱਚ ਇਸ ਵਿਧੀ ਦਾ ਪ੍ਰਯੋਗ ਅਸੀਂ ਆਮ ਹੀ ਦੇਖਦੇ ਹਾਂ ਜਿਸ ਕਰਕੇ ਇਸ ਦੀ ਪ੍ਰਭਾਵਿਕਤਾ ਹੁਣ ਘਟ ਗਈ ਹੈ ਕਿਉਂਕਿ ਸਾਰੇ ਦਬਾਸਮੂਹੀ ਇਹਨਾਂ ਤਰੀਕਿਆਂ ਦੀ ਵਰਤੋਂ ਕਰਨ ਲੱਗ ਗਏ ਆ ਲੋਕ ਭੰਨ ਤੋੜ ਦੀਆਂ ਕਾਰਵਾਈਆਂ ਨੂੰ ਪਸੰਦ ਨਹੀਂ ਕਰਦੇ ਕਿਉਂਕਿ ਇਸ ਦੇ ਨਤੀਜੇ ਜੋ ਬਹੁਤ ਸਾਰਾ مالی ਨੁਕਸਾਨ ਹੁੰਦਾ ਹੈ ਇਹ ਤਰੀਕੇ ਕੁਝ ਹੱਦ ਤੱਕ ਕਾਰਗਰ ਹਨ ਪਰ ਕਿਉਂਕਿ ਇਹਨਾਂ ਤਰੀਕਿਆਂ ਨਾਲ ਕੁਝ ਨੁਕਸਾਨ ਹੁੰਦਾ ਹੈ ਮੰਨ ਲਓ ਹੜਤਾਲ ਹੁੰਦੀ ਹੈ ਧਰਨੇ ਹੁੰਦੇ ਆ ਰੈਲੀਆਂ ਹੁੰਦੀਆਂ ਟ੍ਰੈਫਿਕ ਜਮ ਕੀਤੇ ਜਾਂਦੇ ਆ ਤਾਂ ਲੋਕਾਂ ਦੇ ਕੰਮਾਂ 'ਚ ਵਿਘਨ ਪੈਂਦਾ ਹੈ ਇਸ ਕਰਕੇ ਲੋਕਮਤਨੀ ਇਹਨਾਂ ਚੀਜ਼ਾਂ ਦੇ ਨਾਲ ਜੁੜਦਾਗਾ ਇਸ ਕਰਕੇ ਇਹਨਾਂ ਚੀਜ਼ਾਂ ਦੀ ਜਿਹੜੀ ਇਸ ਤਰੀਕੇ ਦੀ ਜਿਹੜੀ ਪ੍ਰਭਾਵਸ਼ੀਲਤਾ ਹੈ ਉਹਦੇ ਵਿੱਚ ਕਮੀ ਆ ਗਈ ਹੈ। ਪੋਖੜਤਾਲ ਜਾਂ ਮਰਨਵਰਤ ਮਹਾਤਮਾ ਗਾਂਧੀ ਜੀ ਨੇ ਪੋਖੜਤਾਲ ਜਾਂ ਮਰਨਵਰਤ ਦਾ ਤਰੀਕਾ ਦੂਸਰਿਆਂ ਤੇ ਦਬਾਅ ਪਾਉਣ ਨਾਲੋਂ ਆਤਮ ਸ਼ੁੱਧੀ ਲਈ ਅਪਣਾਇਆ ਸੀ। ਪੋਖੜਤਾਲ ਦਾ ਤਰੀਕਾ ਮਹਾਤਮਾ ਗਾਂਧੀ ਜੀ ਨੇ ਬਹੁਤ ਵਾਰ ਪ੍ਰਯੋਗ 'ਚ ਲਿਆਂਦਾ ਪਰ ਉਨ੍ਹਾਂ ਦਾ ਜਿਹੜਾ ਤਰੀਕਾ ਸੀ ਦੂਸਰਿਆਂ ਨੂੰ ਦਬਾਉਣ ਦੀ بجائے ਜਾਂ ਦੂਸਰੇ ਤੇ ਦਬਾਅ ਪਾਉਣ ਦੀ بجائے ਆਤਮ ਸ਼ੁੱਧੀ ਦੇ ਨਾਲ ਉਹਨਾਂ ਨੇ ਜੋੜਿਆ ਪਰੰਤੂ ਅੱਜ ਦੁਬਾਰਾ ਸਮੂਹ ਇਹਨਾਂ ਦੀ ਵਰਤੋਂ ਆਮ ਕਰ ਲੱਗ ਪਏ ਹਨ ਅਤੇ ਇਹ ਇੱਕ ਆਮ ਜਿਹਾ ਹਥਿਆਰ ਬਣ ਕੇ ਰਹਿ ਗਿਆ ਹੈ ਇਸ ਸਾਧਨ ਦੇ ਨਾਲ ਜੁੜੀ ਹੋਈ ਪਵਿੱਤਰਤਾ ਅਤੇ ਗਾਂਧੀ ਜੀ ਦੀ ਆਤਮ ਸ਼ੁੱਧੀ ਦਾ ਵਿਚਾਰ ਲਗਭਗ ਖਤਮ ਹੋ ਗਿਆ ਪ੍ਰਤੀਤ ਹੁੰਦਾ ਹੈ ਇਸ ਕਰਕੇ ਇਸ ਦੀ ਜਿਹੜੀ ਪ੍ਰਭਾਵਸ਼ੀਲਤਾ ਹੈ ਉਹਦੇ ਵਿੱਚ ਜਿਹੜੀ ਕਮੀ ਆਈ ਹੈ ਪ੍ਰਚਾਰ ਦਬਾਅ ਸਮੂਹ ਅਖਬਾਰਾਂ ਰਸਾਲਿਆਂ ਮੰਚਾਂ ਆਮ ਸੁਭਾਵਾਂ ਆਦਿ ਦੁਆਰਾ ਆਪਣੇ ਹਿੱਤਾਂ ਦਾ ਪ੍ਰਚਾਰ ਕਰਦੇ ਹਨ ਅਤੇ ਜਨਤਕ رائے ਨੂੰ ਆਪਣੇ ਹੱਕ ਵਿੱਚ ਕਰਨ ਦਾ ਯਤਨ ਕਰਦੇ ਹਨ ਦਬਾਅ ਸਮੂਹਾਂ ਦੀ ਸਫਲਤਾ ਉਹਨਾਂ ਦੁਆਰਾ ਆਪਣੇ ਹੱਕ ਵਿੱਚ ਕੀਤੇ ਗਏ ਪ੍ਰਚਾਰ ਤੇ ਨਿਰਭਰ ਕਰਦੀ ਹੈ ਇਸ ਲਈ ਉਹ ਵੱਤ ਤੋਂ ਵੱਧ ਪ੍ਰਚਾਰ ਰਾਹੀਂ ਵੱਤ ਤੋਂ ਵੱਧ ਲੋਕਾਂ ਤੱਕ ਪਹੁੰਚਣਾ ਚਾਹੁੰਦੇ ਹਨ ਜਦੋਂ ਗੱਲ ਲੋਕਤੰਤਰ ਦੇ ਵਿੱਚ ਜਿਆਦਾ ਲੋਕਾਂ ਤੱਕ ਪਹੁੰਚਦੀ ਹੈ ਲੋਕਮਤ ਉਹਦੇ ਪੱਖ ਦੇ ਵਿੱਚ ਆਉਂਦਾ ਹੈ ਫੇਰੀ ਸਰਕਾਰਾਂ ਉਸ ਮੰਗ ਨੂੰ ਮੰਨਦੀਆਂ ਹਨ ਇਸ ਲਈ ਦਬਾਅ ਸਮੂਹ ਇਹਨਾਂ ਸਾਰੇ ਸਾਧਨਾ ਰਾਹੀ ਵਾਤ ਤੋਂ ਵਾਤ ਆਪਣੀਆਂ ਮੰਗਾਂ ਦਾ ਪ੍ਰਚਾਰ ਕਰਦੇ ਹਨ ਤਾਂ ਕਿ ਲੋਕਮਤ ਉਹਨਾਂ ਦੇ ਨਾਲ ਆ ਜਾਵੇ ਔਰ ਉਹ ਗੱਲ ਲੋਕਾਂ ਤੱਕ ਸਰਕਾਰ ਤੱਕ ਆਸਾਨੀ ਦੇ ਨਾਲ ਪਹੁੰਚ ਜਾਵੇ ਲਾਬਿੰਗ ਲਾਬਿੰਗ ਜਿਹੜਾ ਕਨਸੈਪਟ ਹੈ ਇਹ ਬਹੁਤ ਵਾਰ 2 ਜਾਂ 4 ਨੰਬਰ ਦਾ ਛੋਟਾ ਕੁਐਸਚਨ ਵੀ ਪੁੱਛ ਲਿਆ ਜਾਂਦਾ ਹੈ ਲਾਬਿੰਗ ਸਰਕਾਰ ਤੇ ਦਬਾਅ ਪਾਉਣ ਦੀ ਹੀ ਇੱਕ ਵਿਧੀ ਹੈ ਸੰਕੁਚਿਤ ਰੂਪ ਵਿੱਚ ਇਸ ਤੋਂ ਭਾਵ ਹੈ ਦਬਾਅ ਸਮੂਹਾਂ ਦੇ ਅਹੁਦੇਦਾਰਾਂ ਦੁਆਰਾ ਸੰਸਦ ਅਤੇ ਵਿਧਾਨਪਾਲਿਕਾ ਦੇ ਮੈਂਬਰਾਂ ਅਤੇ ਸਬੰਧਤ ਸਰਕਾਰੀ ਅਧਿਕਾਰੀਆਂ ਨੂੰ ਸੰਸਦ ਵਿਧਾਨਪਾਲਿਕਾ ਸਿਕਤਰ ਦੇ ਗਲਿਆਰਿਆਂ ਵਿੱਚ ਮਿਲਣਾ ਅਤੇ ਉਨ੍ਹਾਂ ਦੇ ਆਪਣੇ ਹਿੱਤਾਂ ਦੀ ਰਾਖੀ ਲਈ ਦਬਾਅ ਪਾਉਣਾ ਪਰੰਤੂ ਇਸ ਤੋਂ ਇਲਾਵਾ ਦਬਾਅ ਸਮੂਹ ਪ੍ਰਤੀਨਿਧ ਮੰਡਲ ਭੇਜ ਕੇ ਵਿਧਾਨਕਾਰਾਂ ਅਤੇ ਮੰਤਰੀਆਂ ਆਦ ਨੂੰ ਮਿਲ ਕੇ ਆਪਣੇ ਹੱਕ ਵਿੱਚ ਬਹੁਤ ਸਾਰੇ ਵੋਟਰਾਂ ਦੇ ਦਸਤਖਤ ਕਰਵਾ ਕੇ ਮਹੱਤਵਪੂਰਨ ਵਿਅਕਤੀਆਂ ਕੋਲੋਂ ਚਿੱਠੀਆਂ ਆਦ ਲਖਵਾ ਕੇ ਸਰਕਾਰੀ ਅਧਿਕਾਰੀਆਂ ਨੂੰ ਆਪਣੇ ਹੱਕ ਵਿੱਚ ਕਰਨ ਦਾ ਯਤਨ ਕਰਦੇ ਹਨ ਅਤੇ ਇਸ ਨੂੰ ਲੋਬਿੰਗ ਕਿਹਾ ਜਾਂਦਾ ਹੈ ਲੋਬਿੰਗ ਅਰਥਾਤ ਜਿਹੜੇ ਸਰਕਾਰੀ ਅਧਿਕਾਰੀ ਹੈ ਜਾਂ ਸੰਸਦ ਜਾਂ ਵਿਧਾਨਪਾਲਿਕਾ ਦੇ ਮੈਂਬਰ ਹੈ ਉਹਨਾਂ ਨੂੰ ਮਿਲ ਕੇ ਉਹਨਾਂ ਨਾਲ ਮਿਲ ਕੇ ਆਪਣੀਆਂ ਮੰਗਾਂ ਮਨਵਾਉਣ ਲਈ ਉਹਨਾਂ ਨੂੰ ਪ੍ਰਭਾਵਿਤ ਕਰਨਾ ਅੱਗੇ ਹੈ ਜੀ ਚੋਣਾਂ ਵਿੱਚ ਰਾਜਨੀਤਿਕ ਦਲਾਂ ਦਾ ਸਮਰਥਨ ਕਰਕੇ ਲੋਕਤੰਤਰ ਦੇ ਵਿੱਚ ਕੀ ਹੈ ਹਰ ਸਰਕਾਰ ਨੂੰ ਨਿਸ਼ਚਿਤ ਸਮੇਂ ਮਗਰੋਂ ਵੋਟਾਂ ਦੇ ਵਿੱਚ ਜਾਣਾ ਪੈਂਦਾ ਹੈ ਔਰ ਲੋਕਾਂ ਦੁਆਰਾ ਚੁਣੇ ਜਾਂਦੇ ਹੀ ਉਹ ਸਰਕਾਰ ਦੇ ਵਿੱਚ ਆਉਂਦੇ ਹਨ ਜਾਂ ਵੜੇ ਰਹਿੰਦੇ ਹਨ ਇਸ ਲਈ ਦਬਾਅ ਸਮੂਹ ਭਾਵੇਂ ਚੋਣਾਂ 'ਚ ਹਿੱਸਾ ਨਹੀਂ ਲੈਂਦੇ ਸਿੱਧੇ ਤੌਰ 'ਤੇ ਪਰੰਤੂ ਉਹ ਵੱਖ-ਵੱਖ ਰਾਜਨੀਤਿਕ ਦਲਾਂ ਦੇ ਉਮੀਦਵਾਰਾਂ ਦੀ ਚੋਣਾਂ ਵਿੱਚ ਸਹਾਇਤਾ ਕਰਦੇ ਹਨ ਅਜਿਹੇ ਰਾਜਨੀਤਿਕ ਦਲ ਜਿਹੜੇ ਉਨ੍ਹਾਂ ਦੇ ਹਿੱਤਾਂ ਦਾ ਵਿਰੋਧ ਕਰਦੇ ਹਨ ਨੂੰ ਹਰਾਉਣ ਦਾ ਯਤਨ ਵੀ ਕਰਦੇ ਹਨ ਜਿਹੜਾ ਰਾਜਨਿਤਿਕ ਦਲ ਉਹਨਾਂ ਨੂੰ ਉਹਨਾਂ ਦੇ ਹਿੱਤਾਂ ਦੀ ਰਾਖੀ ਦਾ ਯਕੀਨ ਦਵਾਉਂਦਾ ਹੈ ਦਬਾਅ ਸਮੂਹ ਉਸ ਦਲ ਦਾ ਵੋਟਾਂ ਦੇ ਧਨ ਨਾਲ ਸਮਰਥਨ ਕਰਦੇ ਹਨ ਜਦੋਂ ਕੋਈ ਦਬਾਅ ਸਮੂਹ ਕਿਸੇ ਰਾਜਨਿਤਿਕ ਦਲ ਦਾ ਨੂੰ ਫੰਡਿੰਗ ਕਰਦਾ ਹੈ ਧਨ ਮੁਹੱਈਆ ਕਰਵਾਉਂਦਾ ਹੈ ਵੋਟਾਂ ਦੇ ਵਿੱਚ ਉਹਨਾਂ ਦੀ ਮਦਦ ਕਰਦਾ ਹੈ ਤਾਂ ਉਹ ਰਾਜਨਿਤਿਕ ਦਲ ਜਦੋਂ ਸੱਤਾ ਦੇ ਵਿੱਚ ਆ ਜਾਂਦਾ ਹੈ ਤਾਂ ਉਹ ਉਹਨਾਂ ਨੂੰ ਉਹਨਾਂ ਦੇ ਜਿਹੜੇ ਕੰਮ ਕਰਦਾ ਹੈ ਉਹਨਾਂ ਦੀ ਜਿਹੜੀ ਮੰਗਾਂ ਹੈ ਉਹਨਾਂ ਨੂੰ ਪੂਰਾ ਕਰਦਾ ਹੈ ਇਹ ਵੀ ਇੱਕ ਤਰੀਕਾ ਹੈ ਜਿਹੜਾ ਦਬਾਅ ਸਮੂਹਾਂ ਦੁਆਰਾ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਅਪਣਾਇਆ ਜਾਂਦਾ ਹੈ ਨੌਕਰਸ਼ਾਹੀ ਨੂੰ ਪ੍ਰਭਾਵਿਤ ਕਰਕੇ ਨੌਕਰਸ਼ਾਹੀ ਬਿਊਰੋਕ੍ਰੇਸੀ ਜਿਹੜੇ ਸਰਕਾਰੀ ਅਧਿਕਾਰੀ ਜਿਹੜੇ ਸਰਕਾਰ ਦੀਆਂ ਨੀਤੀਆਂ ਦੇ ਵਿੱਚ ਬਣਾਉਣ ਦੇ ਵਿੱਚ ਤੇ ਉਹਨਾਂ ਨੂੰ ਲਾਗੂ ਕਰਨ ਦੇ ਵਿੱਚ ਆਪਣਾ ਰੋਲ ਨਿਭਾਉਂਦੇ ਆ ਉਹਨਾਂ ਨੂੰ ਪ੍ਰਭਾਵਿਤ ਕਰਨਾ ਵੀ ਦਬਾਅ ਸਮੂਹ ਜਿਹੜਾ ਹੈ ਪ੍ਰਯੋਗ ਕਰਦਾ ਹੈ ਇਸ ਵਿਧੀ ਦਾ ਦਬਾਅ ਸਮੂਹ ਨੂੰ ਗਿਆਨ ਹੁੰਦਾ ਹੈ ਕਿ ਨੀਤੀ ਨਿਰਮਾਣ ਦਾ ਅਸਲੀ ਕਾਰਜ ਨੌਕਰਸ਼ਾਹੀ ਦੁਆਰਾ ਕੀਤਾ ਜਾਂਦਾ ਹੈ ਇਸ ਲਈ ਉਹ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੂੰ ਮਿਲਦੇ ਹਨ ਅਤੇ ਉਨ੍ਹਾਂ ਤੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਦਬਾਅ ਪਾਉਂਦੇ ਹਨ ਉਹ ਸਰਕਾਰੀ ਅਧਿਕਾਰੀਆਂ ਨੂੰ ਕਈ ਪ੍ਰਕਾਰ ਦੇ ਲਾਲਚ ਵੀ ਦਿੰਦੇ ਹਨ ਜਿਵੇਂ ਕਿ ਉਹਨਾਂ ਦੀਆਂ ਪਤਨੀਆਂ ਨੂੰ ਵੱਖ-ਵੱਖ ਸੰਗਠਨਾਂ ਦੇ ਮੈਂਬਰ ਬਣਾ ਦਿੰਦੇ ਹਨ ਅਤੇ ਉਹਨਾਂ ਦੇ ਬੱਚਿਆਂ ਨੂੰ ਆਪਣੇ ਸੰਗਠਨਾ ਵਿੱਚ ਉੱਚੇ ਅਹੁਦਿਆਂ ਤੇ ਵੀ ਨਿਯੁਕਤ ਕਰ ਦਿੰਦੇ ਹਨ ਇਹ ਤਰੀਕੇ ਨੇ ਜਿਹਦੇ ਨਾਲ ਦਬਾਅ ਸਮੂਹ ਜਿਹੜੇ ਨੌਕਰਸ਼ਾਹ ਨੇ ਬਿਊਰੋਕ੍ਰੇਟਸ ਨੇ ਉਹਨਾਂ ਨੂੰ ਖੁਸ਼ ਕਰਨ ਦਾ ਯਤਨ ਕਰਦੇ ਨੇ ਕੋਈ ਨਾ ਕੋਈ ਲਾਲਚ ਦੇ ਕੇ ਅਤੇ ਆਪਣੀਆਂ ਤਾਂ ਕਿ ਉਹ ਆਪਣੀਆਂ ਮੰਗਾਂ ਉਹਨਾਂ ਤੋਂ ਮਨਵਾ ਸਕਣ ਵਿਧਾਨਕਾਰਾਂ ਮੰਤਰੀਆਂ ਆਦ ਨਾਲ ਨਿੱਜੀ ਸਬੰਧ ਪੈਦਾ ਕਰਕੇ ਦਬਾਅ ਸਮੂਹ ਵਿਧਾਨਕਾਰਾਂ ਮੰਤਰੀਆਂ ਅਤੇ ਦੂਸਰੇ ਅਧਿਕਾਰੀਆਂ ਆਦ ਨਾਲ ਨਿੱਜੀ ਸੰਬੰਧ ਕਾਇਮ ਕਰਨ ਦਾ ਵੀ ਯਤਨ ਕਰਦੇ ਹਨ ਇਸ ਉਦੇਸ਼ ਦੀ ਪੂਰਤੀ ਲਈ ਉਹ ਉਹਨਾਂ ਨੂੰ ਵਿਸ਼ੇਸ਼ ਸਮਾਰੋਹਾਂ ਅਤੇ ਕਲੱਬਾਂ ਆਦਿ ਵਿੱਚ ਬੁਲਾਉਂਦੇ ਹਨ ਅਤੇ ਉਹਨਾਂ ਦੀ ਖੂਬ ਮਹਿਮਾਨ ਨਿਵਾਜ਼ੀ ਕਰਦੇ ਹਨ ਉਹਨਾਂ ਨੂੰ ਤੋਹਫੇ ਵੀ ਦਿੰਦੇ ਹਨ ਅਤੇ ਉਹਨਾਂ ਦੀਆਂ ਪਤਨੀਆਂ ਨੂੰ ਕਲੱਬਾਂ ਦੇ ਅਹੁਦੇਦਾਰ ਵੀ ਬਣਾ ਦਿੱਤਾ ਜਾਂਦਾ ਹੈ ਇਹ ਸਾਰੇ ਤਰੀਕੇ ਨੇ ਜਿਨ੍ਹਾਂ ਨਾਲ ਦਬਾਅ ਸਮੂਹ ਜਿਹੜੇ ਵਿਧਾਇਕ ਨੇ ਮੰਤਰੀ ਹੈ ਅਤੇ ਹੋਰ ਦੂਜੇ ਅਧਿਕਾਰੀ ਹੈ ਉਹਨਾਂ ਦੇ ਨਾਲ ਉਹਨਾਂ ਦੇ ਨਿੱਜੀ ਸੰਪਰਕ ਫਾਇਦਾ ਹੋ ਜਾਂਦੇ ਨੇ ਅਤੇ ਉਹ ਵੱਖ-ਵੱਖ ਤਰੀਕੇ ਜਿਹੜੇ ਆਪਾਂ ਪੜੇ ਆ ਅਪਰੋਖਤ ਉਹਨਾਂ ਨਾਲ ਖੁਸ਼ ਕਰਦਾ ਯਤਨ ਕਰਦੇ ਨੇ ਤਾਂ ਕਿ ਉਹ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਸਮੂਧੀਆਂ ਉਹਨਾਂ ਦੀ ਪੂਰਤੀ ਉਹਨਾਂ ਤੋਂ ਕਰਵਾ ਸਕਣ ਉੱਚੀਆਂ ਪਦਵੀਆਂ ਦਾ ਲਾਲਚ ਦੇ ਕੇ ਕਈ ਹਿੱਤ ਸਮੂਹਾਂ ਦੇ ਆਪਣੇ ਕਾਰਖਾਨੇ ਅਤੇ ਵਿਦਿਅਕ ਸੰਸਥਾਵਾਂ ਆਧ ਹੁੰਦੀਆਂ ਹਨ ਉਹ ਪ੍ਰਭਾਵਸ਼ਾਲੀ ਵਿਅਕਤੀਆਂ ਦੇ ਸਾਖ ਸੰਬੰਧੀਆਂ ਤੇ ਬੱਚਿਆਂ ਨੂੰ ਉਹਨਾਂ ਵਿੱਚ ਨੌਕਰੀਆਂ ਆ ਦੇਣ ਦਾ ਲਾਲਚ ਦੇ ਕੇ ਆਪਣੇ ਹੱਕ ਵਿੱਚ ਕਰਨ ਦਾ ਯਤਨ ਕਰਦੇ ਆ ਪਹਿਲਾਂ ਵਾਲੇ ਤਰੀਕਿਆਂ ਵਾਂਗ ਹੀ ਜਿਹੜੇ ਦਬਾਅ ਸਮੂਹ ਕੁਝ ਦਬਾਅ ਸਮੂਹ ਉਦਯੋਗਪਤੀਆਂ ਦੇ ਵੀ ਆ बिजनेसमੈਨਸ ਦੇ ਵੀ ਆ ਜਿਹੜੇ ਐਜੂਕੇਸ਼ਨਲ ਇੰਸਟੀਟਿਊਸ਼ਨ ਨੇ ਜਾਂ ਹੋਰ ਇੰਸਟੀਟਿਊਸ਼ਨ ਨੇ ਉਹਨਾਂ ਦੇ ਜਿਹੜੇ ਦਬਾਅ ਸਮੂਹ ਨੇ ਉਹਨਾਂ ਕੋਲੇ ਬਹੁਤ ਸਾਰੇ ਰਿਸੋਰਸਸ ਹੁੰਦੇ ਨੇ ਜਿੱਥੇ ਉਹ ਜਿਹੜੇ ਉੱਚ ਅਧਿਕਾਰੀ ਵਿਧਾਇਕ ਜਾਂ ਮੰਤਰੀ ਹੈ ਉਹਨਾਂ ਦੇ ਸਾਖ ਸੰਬੰਧੀਆਂ ਰਿਸ਼ਤੇਦਾਰਾਂ ਨੂੰ ਅਡਜਸਟ ਕਰਦੇ ਆ ਅਤੇ ਇਸੇ ਨਾਲ ਹੀ ਉਹਨਾਂ ਨੂੰ ਜਿਹੜੇ ਖੁਸ਼ ਕਰਨ ਦਾ ਯਤਨ ਕਰਦੇ ਆ ਤਾਂਕੇ ਉਹ ਉਹਨਾਂ ਦੀਆਂ ਮੰਗਾਂ ਜਿਹੜੀਆਂ ਹੈ ਉਹ ਮੰਨ ਸਕਣ ਜਾਂ ਉਹਨਾਂ ਦੀਆਂ ਮੰਗਾਂ ਸਰਕਾਰ ਤੋਂ ਮੰਨਵਾ ਸਕਣ ਨਾਇਕ ਨਿਆਇਕ ਸਹਾਇਤਾ ਪ੍ਰਾਪਤ ਕਰਕੇ ਸਰਕਾਰ ਦੇ ਕਈ ਕਾਨੂੰਨ ਦਬਾਅ ਸਮੂਹਾਂ ਦੇ ਹਿੱਤਾਂ ਦਾ ਵਿਰੋਧ ਕਰਦੇ ਹਨ ਦਬਾਅ ਸਮੂਹ ਅਜਿਹੇ ਕਾਨੂੰਨਾਂ ਨੂੰ ਲਾਗੂ ਹੋਣ ਤੋਂ ਰੋਕਣ ਲਈ ਅਦਾਲਤਾਂ ਦਾ ਆਸਰਾ ਲੈਂਦੇ ਹਨ ਉਹ ਸਿਆਣੇ ਵਕੀਲਾਂ ਦੀਆਂ ਸੇਵਾਵਾਂ ਗ੍ਰਹਿਣ ਕਰਦੇ ਹਨ ਅਤੇ ਕਈ ਵਾਰੀ ਸਫਲ ਵੀ ਹੋ ਜਾਂਦੇ ਹਨ ਜਦੋਂ ਕੋਈ ਸਰਕਾਰ ਕੋਈ ਕਾਨੂੰਨ ਪਾਸ ਕਰਦੀ ਹੈ ਤਾਂ ਉਹ ਉਸ ਕਾਨੂੰਨ ਨੂੰ ਜੇਕਰ ਉਸ ਕਾਨੂੰਨ ਦੀ ਜਿਹੜੀ ਨਿਆਂਇਕਤਾ ਹੈ ਉਹਦੇ ਵਿੱਚ ਕੋਈ ਡਿਫੈਕਟ ਹੈ ਜਾਂ ਸਮੱਸਿਆ ਹੈ ਤਾਂ ਦਬਾਅ ਸਮੂਹ ਉਹਨੂੰ ਨਿਆਂਇਕ ਤਰੀਕੇ ਨਾਲ ਵੀ ਰੋਕਣ ਦਾ ਯਤਨ ਕਰਦੇ ਨੇ ਜਿਹੜੇ ਵਕੀਲ ਨੇ ਜਿਹੜੇ ਨਾਮੀ ਵਕੀਲ ਨੇ ਉਹਨਾਂ ਦਾ ਸਾਰਾ ਲੈ ਕੇ ਉਸ ਕਾਨੂੰਨ ਨੂੰ ਚੈਲੰਜ ਕਰਦੇ ਨੇ ਜਿਹੜਾ ਕਾਨੂੰਨ ਸਰਕਾਰ ਦੁਆਰਾ ਉਸ ਦਬਾਅ ਸਮੂਹ ਦੇ ਖਿਲਾਫ ਬਣਾਇਆ ਗਿਆ ਹੈ ਤੇ ਕਈ ਵਾਰੀ ਉਹ ਉਹ ਉਸ ਕਾਨੂੰਨ ਨੂੰ ਬਦਲਾਉਣ ਦੇ ਵਿੱਚ ਜਿਹੜਾ ਹੈ ਸਫਲ ਵੀ ਹੋ ਜਾਂਦੇ ਆ ਇਹ ਵੀ ਇੱਕ ਆਮ ਜਿਹਾ ਤਰੀਕਾ ਦਬਾਅ ਸਮੂਹਾਂ ਦੁਆਰਾ ਅਪਣਾਇਆ ਜਾਂਦਾ ਹੈ ਜਿਵੇਂ ਕਿ ਅਸੀਂ ਬਹੁਤ ਸਾਰੀਆਂ ਜਿਹੜੀਆਂ ਅਧਿਆਪਕ ਯੂਨੀਅਨ ਨੇ ਜਾਂ ਹੋਰ ਸਰਕਾਰੀ ਕਰਮਚਾਰੀਆਂ ਨੇ ਯੂਨੀਅਨ ਨੇ ਉਹ ਇਸ ਤਰੀਕੇ ਦੀ ਸਹਾਇਤਾ ਆਮ ਹੀ ਕਰਦੀਆਂ ਨੇ ਜਦੋਂ ਵੀ ਕਿਤੇ ਉਹਨਾਂ ਨੂੰ ਤਕਨੀਕੀ ਤੌਰ ਤੇ ਭਰਤੀ ਦੇ ਵਿੱਚ ਪ੍ਰਮੋਸ਼ਨ ਦੇ ਵਿੱਚ ਜਾਂ ਕਿਸੇ ਹੋਰ ਕੰਮ ਦੇ ਵਿੱਚ ਉਹਨਾਂ ਨੂੰ ਗਲਤ ਲੱਗਦਾ ਹੈ ਕੋਈ ਕਾਨੂੰਨ ਤਾਂ ਉਸ ਨੂੰ ਕੋਰਟ ਦੇ ਵਿੱਚ ਅਦਾਲਤਾਂ ਦੇ ਵਿੱਚ ਚੈਲੰਜ ਕਰਦੇ ਹਨ ਅਤੇ ਬਹੁਤ ਵਾਰੀ ਜਿਹੜੇ ਹੈ ਉਹ ਆਪਣੇ ਫੈਸਲੇ ਮਰਜ਼ੀ ਦੇ ਲਾਗੂ ਕਰਵਾਉਣ ਦੇ ਵਿੱਚ ਸਫਲ ਹੋ ਜਾਂਦੇ ਹਨ ਸੰਸਦੀ ਕਮੇਟੀਆਂ ਸਾਹਮਣੇ ਪੇਸ਼ ਹੋਣਾ ਸੰਸਦੀ ਕਮੇਟੀਆਂ ਕਾਨੂੰਨ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਦਮੌਸਮੂ ਇਨ੍ਹਾਂ ਕਮੇਟੀਆਂ ਸਾਹਮਣੇ ਪੇਸ਼ ਹੋ ਕੇ ਕਮੇਟੀਆਂ ਦੇ ਮੈਂਬਰਾਂ ਨੂੰ ਆਪਣੇ ਹੱਕ ਵਿੱਚ ਪ੍ਰਭਾਵਿਤ ਕਰਨ ਦਾ ਯਤਨ ਕਰਦੇ ਹਨ ਦਬਾਅ ਸਮੂਹਾਂ ਦੇ ਉਹਦੇ ਧਾਰਾ ਨੂੰ ਆਪਣੇ ਹਿੱਤਾਂ ਦੇ ਸਬੰਧ ਵਿੱਚ ਅਤੇ ਸਰਕਾਰ ਦੀਆਂ ਨੀਤੀਆਂ ਦੇ ਸਬੰਧ ਵਿੱਚ ਵਿਸ਼ੇਸ਼ ਗਿਆਨ ਪ੍ਰਾਪਤ ਹੁੰਦਾ ਹੈ ਜਿਸ ਨਾਲ ਉਹ ਸੰਸਦੀ ਕਮੇਟੀਆਂ ਦੇ ਮੈਂਬਰਾਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰਦੇ ਹਨ ਇਸ ਲਈ ਸੰਸਦੀ ਕਮੇਟੀਆਂ ਦੇ ਮੈਂਬਰਾਂ ਦੇ ਗਿਆਨ ਵਿੱਚ ਵੀ ਵਾਧਾ ਹੁੰਦਾ ਹੈ ਇਨ੍ਹਾਂ ਜਿਹੜੇ ਅਪਰੋਕਤ ਸੀ ਪੁਆਇੰਟ ਪੜੇ ਹੈ ਇਹ ਸਾਰੇ ਵੱਖ-ਵੱਖ ਤਰੀਕੇ ਰਾਹੀਂ ਦਬਾਅ ਸਮੂਹ ਆਪਣੇ ਹਿੱਤਾਂ ਦੀ ਰਾਖੀ ਲਈ ਯਤਨ ਕਰਦੇ ਹਨ ਪਰ ਹਰੇਕ ਦਬਾਅ ਸਮੂਹ ਇੱਕੋ ਜਿਹੇ ਹੀ ਤਰੀਕੇ ਨਹੀਂ ਅਪਣਾਉਂਦੇ ਇਸ ਤੋਂ ਅਪਰੰਤ ਵੱਖ-ਵੱਖ ਸਥਿਤੀਆਂ ਵਿੱਚ ਵੀ ਵੱਖ-ਵੱਖ ਵਿਧੀਆਂ ਜਿਹੜੀਆਂ ਹੈ ਉਹ ਅਪਣਾਈਆਂ ਜਾਂਦੀਆਂ ਹਨ ਇਹ ਆਮ ਜੇ ਜਨਰਲ ਜੇ ਉਹ ਤਰੀਕੇ ਹੈ ਜਿਹੜੇ ਆਮ ਤੌਰ ਤੇ ਜਿਹੜੇ ਅਪਣਾਏ ਜਾਂਦੇ ਹੈ ਕਿਹੜਾ ਤਰੀਕਾ ਕਿਹੜੀ ਜਿਹੜੀ ਦਬਾਅ ਸਮੂਹ ਕਿਹੜਾ ਤਰੀਕਾ ਅਪਣਾਉਂਦਾ ਹੈ ਇਹ ਉਸ ਸਮੇਂ ਦੀਆਂ ਜਿਹੜੀਆਂ ਮੌਜੂਦਾ ਸਥਿਤੀਆਂ ਹੁੰਦੀਆਂ ਉਹਨਾਂ ਤੇ ਨਿਰਭਰ ਕਰਦਾ ਹੈ ਜਾਂ ਉਸ ਸਮੇਂ ਵਿੱਚ ਕਿਹੜੀ ਜਿਹੜੀ ਜਿਹੜਾ ਤਰੀਕਾ ਹੈ ਉਹ ਕਾਰਗਰ ਸਾਬਤ ਹੋਵੇਗਾ ਇਹ ਉਥੋਂ ਦੇ ਦਬਾਅ ਸਮੂਹ ਦੇ ਜਿਹੜੇ ਮੈਂਬਰ ਜਾਂ ਅਹੁਦੇਦਾਰ ਹੈ ਉਹਨਾਂ ਦੀ ਇੱਛਾ ਜਾਂ ਉਹਨਾਂ ਦੀ ਲਿਆਕਤ ਤੇ ਨਿਰਭਰ ਕਰਦਾ ਕਿ ਉਹ ਕਿਸ ਤਰੀਕੇ ਰਾਹੀਂ ਆਪਣੀ ਮੰਗ ਮਨਵਾਉਣਾ ਚਾਹੁੰਦੇ ਆ ਏਸੀ ਦਬਾਅ ਸਮੂਹ ਕਿਹੜੇ-ਕਿਹੜੇ ਤਰੀਕੇ ਜਾਂ ਢੰਗ ਜਾਂ ਵਿਧੀਆਂ ਅਪਣਾਉਂਦਾ ਹੈ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਹੁਣ ਅਸੀਂ ਪੜ੍ਹਦੇ ਹਾਂ ਦਬਾਅ ਸਮੂਹਾਂ ਦਾ ਮੂਲੰਕਣ ਕਿਉਂਕਿ ਦਬਾਅ ਸਮੂਹ ਇੱਕ ਮਹੱਤਵਪੂਰਨ ਰੋਲ ਅਦਾ ਕਰਦੇ ਆ ਤਾਂ ਦਬਾਅ ਸਮੂਹਾਂ ਦੇ ਇਸ ਲੋਕਤੰਤਰੀ ਵਿਵਸਥਾ ਦੇ ਵਿੱਚ ਕੁਝ ਗੁਣ ਵੀ ਹਨ ਅਤੇ ਕੁਝ ਔਗਣ ਵੀ ਹਨ ਸਭ ਤੋਂ ਪਹਿਲਾਂ ਅਸੀਂ ਦਬਾਅ ਸਮੂਹਾਂ ਦੇ ਗੁਣਾਂ ਦੇ ਬਾਰੇ ਦੇ ਵਿੱਚ ਚਰਚਾ ਕਰਦੇ ਹਾਂ ਵਿਸ਼ੇਸ਼ ਹਿੱਤਾਂ ਦੀ ਰਾਖੀ ਦਬਾਅ ਸਮੂਹ ਵਿਸ਼ੇਸ਼ ਹਿੱਤਾਂ ਦੀ ਰਾਖੀ ਕਰਦੇ ਹਨ ਜਦਕਿ ਰਾਜਨੀਤਿਕ ਦਲ ਆਮ ਹਿੱਤਾਂ ਦੀ ਰਾਖੀ ਕਰਦੇ ਹਨ ਜਿਹੜੇ ਦਬਾਅ ਸਮੂਹ ਦਬਾਅ ਸਮੂਹ ਦੇ ਅਰਥ ਜਦੋਂ ਪੜਿਆ ਸੀ ਤਾਂ ਤੁਸੀਂ ਪੜਿਆ ਹੋਵੇਗਾ ਕਿ ਦਬਾਅ ਸਮੂਹ ਦੀ ਮੈਂਬਰੀ ਇੱਛਕ ਹੁੰਦੀ ਹੈ ਆਪਣੀ ਮਰਜ਼ੀ ਦੇ ਨਾਲ ਸਾਂਝੇ ਹਿੱਤਾਂ ਵਾਲੇ ਲੋਕ ਇਕੱਠੇ ਹੋ ਕੇ ਦਬਾਅ ਸਮੂਹ ਦਾ ਨਿਰਮਾਣ ਕਰਦੇ ਆ ਤਾਂ ਕੀ ਹੈ ਉਹਨਾਂ ਦੇ ਜਿਹੜੇ ਹਿੱਤ ਹੈ ਉਹ ਸਾਂਝੇ ਹੁੰਦੇ ਆ ਅਤੇ ਵਿਸ਼ੇਸ਼ ਹਿੱਤ ਹੁੰਦੇ ਆ ਜਿਹੜੇ ਸਿਰਫ ਉਸ ਕੈਡਰ ਨੂੰ ਜਾਂ ਉਸ ਸਮੂਹ ਦੇ ਨਾਲ ਹੀ ਸਬੰਧਤ ਹੁੰਦੇ ਆ ਇਸ ਲਈ ਜਿਹੜੇ ਪਹਿਲਾ ਗੁਣ ਹੈ ਕਿ ਸਾਰੇ ਵਿਸ਼ੇਸ਼ ਹਿੱਤਾਂ ਦੀ ਜਿਹੜੀ ਵਿਸ਼ੇਸ਼ ਜਿਹੜੇ ਹਿਤ ਨੇ ਉਹਨਾਂ ਦੇ ਲਈ ਹੋਂਦ ਵਿੱਚ ਆਉਂਦੇ ਆ ਅਤੇ ਉਹਨਾਂ ਦੀ ਰਾਖੀ ਦੇ ਲਈ ਕੰਮ ਕਰਦੇ ਆ ਇਸ ਤੋਂ ਬਾਅਦ ਸਰਕਾਰ ਨੂੰ ਉਚਿਤ ਜਾਣਕਾਰੀ ਪ੍ਰਦਾਨ ਕਰਨਾ ਕਈ ਵਾਰੀ ਸਰਕਾਰ ਨੂੰ ਵਿਸ਼ੇਸ਼ ਹਿਤਾ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਨਹੀਂ ਹੁੰਦੀ ਅਤੇ ਦਬਾਅ ਸਮੂਹ ਆਪਣੇ ਹਿਤਾਾਂ ਦੇ ਸਬੰਧ ਵਿੱਚ ਅੰਕੜੇ ਇਕੱਠੇ ਕਰਦੇ ਹਨ ਅਤੇ ਸਰਕਾਰ ਨੂੰ ਵਿਸ਼ੇਸ਼ ਜਾਣਕਾਰੀ ਪ੍ਰਦਾਨ ਕਰਦੇ ਹਨ। ਸਰਕਾਰ ਨੂੰ ਬਹੁਤੇ ਜਿਹੜੇ ਹਿੱਤ ਸਮੂਹ ਜਾਂ ਦਬਾਅ ਸਮੂਹ ਹੈ ਉਹਨਾਂ ਦੇ ਬਾਰੇ ਦੇ ਵਿੱਚ ਜ਼ਿਆਦਾ ਡਾਟਾ ਨਹੀਂ ਹੁੰਦਾਗਾ। ਤਾਂ ਜਿਹੜੇ ਦਬਾਅ ਸਮੂਹ ਦੇ ਦਬਾਅ ਸਮੂਹ ਉਹਨਾਂ ਨੂੰ ਜਾਣ ਕੇ ਸਰਕਾਰ ਨੂੰ ਜਾਣਕਾਰੀ ਇਕੱਠੀ ਕਰਕੇ ਦਿੰਦਾ ਹੈ ਉਹਨਾਂ ਦੀਆਂ ਮੰਗਾਂ ਦੇ ਬਾਰੇ ਦੇ ਵਿੱਚ ਔਰ ਇਸ ਤੋਂ ਇਲਾਵਾ ਜਿਹੜੀਆਂ ਹੋਰ ਉਹਨਾਂ ਨੂੰ ਜਾਣਕਾਰੀ ਸਰਕਾਰ ਨੂੰ ਚਾਹੀਦੀ ਹੈ ਉਹਨਾਂ ਦੀਆਂ ਮੰਗਾਂ ਦੀ ਪੂਰਤੀ ਦੇ ਲਈ ਉਹ ਸਹਾਰੀ ਮੁਹੱਈਆ ਕਰਾਉਣ ਦਾ ਕੰਮ ਜਿਹੜਾ ਹੈ ਉਹ ਦਬਾਅ ਸਮੂਹ ਦੁਆਰਾ ਕੀਤਾ ਜਾਂਦਾ ਹੈ। ਇਹ ਵੀ ਇੱਕ ਗੋੜ ਹੈ ਸਰਕਾਰ ਨੂੰ ਜ਼ਿੰਮੇਵਾਰ ਬਣਾਉਂਦੇ ਹਨ ਦਬਾਸਮੂਹ ਸਰਕਾਰ ਦੀਆਂ ਗਲਤ ਨੀਤੀਆਂ ਲਈ ਉਸ ਦੀ ਆਲੋਚਨਾ ਕਰਦੇ ਹਨ ਇਸ ਤਰ੍ਹਾਂ ਉਸ ਉਸ ਨੂੰ ਗੈਰ ਜ਼ਿੰਮੇਵਾਰ ਬਣਨ ਤੋਂ ਰੋਕਦੇ ਆ ਜੇ ਸਰਕਾਰ ਗੈਰ ਜ਼ਿੰਮੇਵਾਰ ਹੋਵੇਗੀ ਤਾਂ ਹੌਲੀ ਹੌਲੀ ਲੋਕਾਂ ਦੇ ਵਿੱਚ ਉਸ ਦੀ ਜਿਹੜੀ ਸ਼ਾਖ ਹੈ ਉਹ ਖਰਾਬ ਹੋ ਜਾਵੇਗੀ ਇਸ ਲਈ ਦਬਾਸਮੂਹ ਨੀਤੀਆਂ ਦੀ ਆਲੋਚਨਾ ਕਰਦੇ ਆ ਪ੍ਰਚਾਰ ਮਾਧਿਅਮ ਰੇਡੀਓ ਟੈਲੀਵਿਜ਼ਨ ਅਖਬਾਰਾਂ ਰਸਾਲਿਆਂ ਸੰਪਾਦਕੀਆਂ ਰਾਹੀਂ ਤਾਂ ਸਰਕਾਰ ਨੂੰ ਆਪਣੀਆਂ ਕਮੀਆਂ ਦਾ ਗਿਆਨ ਹੋ ਜਾਂਦਾ ਹੈ ਤੇ ਉਹ ਜ਼ਿੰਮੇਵਾਰ ਬਣ ਜਾਂਦੀ ਹੈ ਤਾਂ ਕਿ ਉਹ ਉਸ ਦੀ ਆਲੋਚਨਾ ਜਿਹੜੀ ਹੈ ਨਾ ਹੋਵੇ ਤੇ ਇਹਦਾ ਸਿੱਟਾ ਇਹ ਨਿਕਲਦਾ ਕਿ ਲੋਕ ਨੇ ਜਿਹੜੇ ਉਹ ਜੇਕਰ ਸਰਕਾਰ ਚੰਗੇ ਕੰਮ ਕਰੇਗੀ ਔਰ ਗੈਰ ਜ਼ਿੰਮੇਵਾਰ ਨਹੀਂ ਹੋਵੇਗੀ ਤਾਂ ਲੋਕ ਜਿਹੜਾ ਹੈ ਲੋਕਮਾਂ ਤੋਂ ਸਰਕਾਰ ਦੇ ਪੱਖ ਦੇ ਵਿੱਚ ਰਹਿੰਦਾ ਹੈ ਲੋਕ رائے ਦੀ ਉਸਾਰੀ ਦਬਾਅ ਸਮੂਹ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਆਮ ਜਨਤਾ 'ਚ ਪ੍ਰਚਾਰ ਕਰਦੇ ਰਹਿੰਦੇ ਆ ਇਸ ਦੇ ਫਲਸਰੂਪ ਉਹ ਲੋਕ ਰਾਏ ਦੀ ਇਸਾਰੀ ਕਰਨ ਵਿੱਚ ਸਹਾਇੀ ਹੁੰਦੇ ਹਨ ਜਦੋਂ ਦਬਾਅ ਸਮੂਹ ਆਪਣੀਆਂ ਮੰਗਾਂ ਸਬੰਧੀ ਜਨਤਾ 'ਚ ਪ੍ਰਚਾਰ ਕਰਦਾ ਤਾਂ ਲੋਕਾਂ ਦੀ ਇੱਕ ਰਾਏ ਬਣ ਜਾਂਦੀ ਹੈ ਸਰਕਾਰ ਦੇ ਲਈ ਜਾਂ ਸਰਕਾਰ ਤੋਂ ਕਿਹੜੀਆਂ ਮੰਗਾਂ ਮੰਨਵਾਉਣੀਆਂ ਨੇ ਇਸ ਲਈ ਦਬਾਅ ਸਮੂਹ ਲੋਕ ਰਾਏ ਦੇ ਜਿਹੜੀ ਹੈ ਉਹਦਾ ਨਿਰਮਾਣ ਕਰਦੇ ਜਾਂ ਉਸਾਰੀ ਕਰਦੇ ਆ ਲੋਕਾਂ ਵਿੱਚ ਜਾਗਰਤੀ ਲਿਆਉਂਦੇ ਹਨ ਦਬਾਅ ਸਮੂਹ ਲੋਕਾਂ ਵਿੱਚ ਜਾਗਰਤੀ ਲਿਆਉਣ ਵਿੱਚ ਵੀ ਸਹਾਇੀ ਹੁੰਦੇ ਹਨ ਉਹ ਲੋਕਾਂ ਨੂੰ ਸਰਕਾਰ ਦੀਆਂ ਕਮਜ਼ੋਰੀਆਂ ਆਹ ਤੋਂ ਜਾਣੂ ਕਰਵਾਉਂਦੇ ਹਨ ਜਿਸ ਦੇ ਸਿੱਟੇ ਵੱਜੋਂ ਉਹਨਾਂ ਦੇ ਗਿਆਨ 'ਚ ਵਾਧਾ ਹੁੰਦਾ ਹੈ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰਦੇ ਆ ਲੋਕਾਂ ਨੂੰ ਜਿਹੜੇ ਵੱਖ-ਵੱਖ ਮਾਧਿਅਮ ਬਣਾਉਂਦੇ ਆ ਲੋਕਮਾਦੀ ਉਸਾਰੀ ਦੇ ਲਈ ਜਾਂ ਆਪਣੀਆਂ ਮੰਗਾਂ ਦੇ ਪ੍ਰਚਾਰ ਦੇ ਲਈ ਰੇਡੀਓ ਟੈਲੀਵਿਜ਼ਨ ਅਖਬਾਰਾਂ ਸੰਪਾਦਕੀਆਂ ਰਸਾਲਿਆਂ ਆਦਿ ਰਾਹੀਂ ਤਾਂ ਲੋਕਾਂ ਵਿੱਚ ਵਿਚਾਰ ਪਹੁੰਚਦੇ ਆ ਤਾਂ ਲੋਕ ਵੀ ਸਰਕਾਰ ਦੇ ਚੰਗੇ ਮਾੜੇ ਕੰਮਾਂ ਤੋਂ ਜਾਣੂ ਹੁੰਦੇ ਆ ਸਰਕਾਰ ਦੀਆਂ ਨੀਤੀਆਂ ਬਾਰੇ ਜਾਗਰੂਕ ਹੁੰਦੇ ਆ ਇਸ ਤਰ੍ਹਾਂ ਦਬਾਅ ਸਮੂਹ ਲੋਕਾਂ ਵਿੱਚ ਜਾਗਰਤੀ ਲਿਆਉਣ ਦਾ ਕੰਮ ਕਰਦੇ ਆ ਨੀਤੀ ਨਿਰਮਾਣ ਵਿੱਚ ਸਹਾਇਕ ਭਾਵੇਂ ਕਿ ਨੀਤੀ ਨਿਰਮਾਣ ਦਾ ਕਾਰਜ ਸਰਕਾਰ ਦੁਆਰਾ ਕੀਤਾ ਜਾਂਦਾ ਹੈ ਪਰੰਤੂ ਦਬਾਅ ਸਮੂਹ ਨੀਤੀ ਨਿਰਮਾਣ ਦੇ ਕਾਰਜ ਵਿੱਚ ਸਰਕਾਰ ਦੀ ਸਹਾਇਤਾ ਕਰਦੇ ਹਨ ਉਹ ਸਰਕਾਰ ਦੀ ਨੀਤੀ ਨਿਰਮਾਣ ਲਈ ਲੋੜੀਂਦੀ ਸਮੱਗਰੀ ਪ੍ਰਦਾਨ ਕਰਦੇ ਹਨ ਕਿਉਂਕਿ ਦਬਾਅ ਸਮੂਹਾਂ ਨੂੰ ਆਪਣੇ ਮੈਂਬਰਾਂ ਦੇ ਹਿੱਤਾਂ ਦਾ ਖਿਆਲ ਹੁੰਦਾ ਹੈ ਪਤਾ ਹੁੰਦਾ ਹੈ ਜਾਣਕਾਰੀ ਹੁੰਦੀ ਹੈ ਔਰ ਉਹ ਸਰਕਾਰ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਵੱਧ ਤੋਂ ਵੱਧ ਜਿਹੜੀ ਸਮੱਗਰੀ ਹੈ ਉਹ ਪ੍ਰਦਾਨ ਕਰਦੇ ਹੈ ਤਾਂ ਜਿਹਦੇ ਨਾਲ ਸਰਕਾਰ ਨੂੰ ਨੀਤੀਆਂ ਦੇ ਨਿਰਮਾਣ ਦੇ ਵਿੱਚ ਸਹਾਇਤਾ ਮਿਲਦੀ ਹੈ ਤਾਂ ਕਿ ਉਹ ਅਜਿਹੀਆਂ ਨੀਤੀਆਂ ਦਾ ਨਿਰਮਾਣ ਕਰ ਸਕਣ ਜਿਹੜੀਆਂ ਨੀਤੀਆਂ ਨੇ ਜਿਹੜੀਆਂ ਉਹ ਲੋਕ ਹਿੱਤ ਦੇ ਵਿੱਚ ਹਨ ਸਮਾਜਿਕ ਬੁਰਾਈਆਂ ਦਾ ਖਾਤਮਾ ਦਬਾਅ ਸਮੂਹ ਸਮਾਜਿਕ ਬੁਰਾਈਆਂ ਜਿਵੇਂ ਕਿ ਦਹੇਜ ਪ੍ਰਥਾ ਬਾਲ ਵਿਆਹ ਨਸ਼ਾ ਬੰਦੀ ਸ਼ੂਤਸ਼ਾ ਦੇ ਖਾਤਮੇ ਲਈ ਹੋਂਦ ਵਿੱਚ ਆਉਂਦੇ ਹਨ ਇਸ ਤਰ੍ਹਾਂ ਇੱਕ ਅਰੋਗ ਅਤੇ ਵਧੀਆ ਸਮਾਜ ਦੀ ਸਥਾਪਨਾ ਵਿੱਚ ਹਿੱਸਾ ਪਾਉਂਦੇ ਹਨ ਜਿੱਥੇ ਆਪਾਂ ਗੱਲ ਕੀਤੀ ਹੈ ਕਿ ਦਬਾਅ ਸਮੂਹ ਆਪਣੇ ਮੈਂਬਰਾਂ ਦੇ ਹਿੱਤਾਂ ਦੀ ਰਖਵਾਲੀ ਲਈ ਹੋਂਦ ਵਿੱਚ ਆਉਂਦੇ ਹਨ ਉਹਦੇ ਨਾਲ ਹੀ ਬਹੁਤ ਸਾਰੇ ਦਬਾਅ ਸਮੂਹ ਸਮਾਜ ਵਿੱਚ ਫੈਲੀਆਂ ਬੁਰਾਈਆਂ ਜਿਨ੍ਹਾਂ ਦੀ ਆਪਾਂ ਗੱਲ ਕੀਤੀ ਹੈ ਦੇਹਜ ਪ੍ਰਥਾ ਬਾਲ ਵਿਆਹ ਨਸ਼ਾ ਬੰਦੀ ਅਤੇ ਹੋਰ ਬਹੁਤ ਸਾਰੀਆਂ ਉਹਨਾਂ ਬੁਰਾਈਆਂ ਦੀ ਨੂੰ ਦੂਰ ਕਰਨ ਦੇ ਲਈ ਜਾਂ ਉਹਨਾਂ ਦੇ ਖਾਤਮੇ ਦੇ ਲਈ ਵੀ ਹੋਂਦ ਵਿੱਚ ਆਉਂਦੇ ਆ ਤਾਂ ਇੱਕ ਨਰੋਏ ਸਮਾਜ ਦੀ ਸਿਰਜਣਾ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਅਗਲਾ ਪੁਆਇੰਟ ਹੈ ਜੀ ਹਾਂਜੀ ਇਹ ਸੀ ਦਬਾਅ ਸਮੂਹਾਂ ਦੇ ਗੁਣ ਤਾਂ ਹੁਣ ਜਿੱਥੇ ਦਬਾਅ ਸਮੂਹਾਂ ਦੇ ਕੁਝ ਗੁਣ ਹਨ ਉਹਦੇ ਨਾਲ ਹੀ ਕੁਝ ਔਗਣ ਵੀ ਹਨ ਤਾਂ ਹੁਣ ਅਸੀਂ ਦਬਾਅ ਸਮੂਹਾਂ ਦੇ ਔਗਣਾਂ ਦੇ ਬਾਰੇ ਦੇ ਵਿੱਚ ਪੜਾਂਗੇ ਵਿਅਕਤੀ ਦੀ ਸੋਚਣੀ ਨੂੰ ਸੌੜਾ ਕਰ ਦਿੰਦੇ ਹਨ ਦਬਾਅ ਸਮੂਹ ਵਿਅਕਤੀ ਦੀ ਸੋਚਣੀ ਨੂੰ ਸੌੜਾ ਕਰ ਦਿੰਦੇ ਆ ਹੁਣ ਕਿਵੇਂ ਕਰਦੇ ਆ ਸੌੜਾ ਕਿਉਂਕਿ ਵਿਅਕਤੀ ਕੇਵਲ ਆਪਣੇ ਹਿੱਤਾਂ ਦੇ ਸਬੰਧ ਵਿੱਚ ਹੀ ਸੋਚਦਾ ਹੈ ਅਤੇ ਉਹਨਾਂ ਦੀ ਪੂਰਤੀ ਲਈ ਦੂਸਰਿਆਂ ਦੇ ਹਿੱਤਾਂ ਨੂੰ ਕੁਰਬਾਨ ਕਰਨ ਲਈ ਤਿਆਰ ਹੋ ਜਾਂਦਾ ਹੈ ਸਿਰਫ ਜਿਹੜੇ ਦਬਾਅ ਸਮੂਹ ਦੇ ਮੈਂਬਰ ਆ ਉਹ ਸਿਰਫ ਆਪਣੇ ਹਿੱਤਾਂ ਬਾਰੇ ਹੀ ਸੋਚਣ ਲੱਗ ਜਾਂਦੇ ਆ ਉਹਨਾਂ ਲਈ ਹੀ ਉਹ ਸੰਘਰਸ਼ ਕਰਦੇ ਆ ਉਹੀ ਉਹ ਮੰਗਾ ਸਰਕਾਰ ਤੱਕ ਪਹੁੰਚਾਉਂਦੇ ਆ ਉਹਨਾਂ ਦੀ ਪੂਰਤੀ ਹੀ ਉਹਨਾਂ ਦਾ ਮਕਸਦ ਹੋ ਜਾਂਦਾ ਹੈ ਇਸ ਤਰ੍ਹਾਂ ਸਿਰਫ ਸੌੜੀ ਸੋਚ ਹੋ ਜਾਂਦੀ ਹੈ ਸਿਰਫ ਆਪਣੇ ਮੈਂਬਰਾਂ ਦੇ ਹਿੱਤਾਂ ਦੀ ਪੂਰਤੀ ਲਈ ਸੰਘਰਸ਼ ਕਰਨਾ ਜਿਹਦੇ ਨਾਲ ਜਿਹੜਾ ਹੈ ਉਹ ਦੂਜਿਆਂ ਦੇ ਹਿੱਤਾਂ ਦੀ ਪਰਵਾਹ ਨਹੀਂ ਕਰਦੇ ਜਾਂ ਦੂਜਿਆਂ ਦੇ ਹਿੱਤਾਂ ਨੂੰ ਕਈ ਵਾਰੀ ਕੁਰਬਾਨ ਵੀ ਕਰ ਦਿੰਦੇ ਆ ਹਿੰਸਾ ਨੂੰ ਵਡਾਵਾ ਜਾਂ ਹਿੰਸਾ ਨੂੰ ਵਧਾਉਣਾ ਦਬਾਅ ਸਮੂਹ ਕਈ ਵਾਰੀ ਆਪਣੇ ਉਦੇਸ਼ ਦੀ ਪੂਰਤੀ ਲਈ ਹਿੰਸਕ ਸਾਧਨਾਂ ਦਾ ਪ੍ਰਯੋਗ ਕਰਦੇ ਆ ਜਿਹੜੇ ਕਿ ਸਮਾਜ ਲਈ ਖਤਰਨਾਕ ਸਾਬਤ ਹੁੰਦੇ ਆ ਅਸੀਂ ਬਹੁਤ ਵਾਰੀ ਦੇਖਦੇ ਆ ਕਿ ਜਦੋਂ ਵੀ ਕੋਈ ਦਬਾਅ ਸਮੂਹ ਐਜੀਟੇਸ਼ਨ ਕਰਦਾ ਤਾਂ ਕਈ ਵਾਰੀ ਹਿੰਸਕ ਸਾਧਨਾਂ ਦਾ ਪ੍ਰਯੋਗ ਹੋ ਜਾਂਦਾ ਜਿਵੇਂ ਟ੍ਰੇਨਾਂ ਬੱਸਾਂ ਹੋਰ ਸਰਕਾਰੀ ਸੰਪਤੀ ਦੀ ਭੰਨਤੋੜ ਕਰਨੀ ਅੱਗਾਂ ਲਾਉਣੀਆਂ ਜਾਂ ਪੱਥਰਬਾਜ਼ੀ ਕਰਨੀ ਅਜਿਹੀਆਂ ਘਟਨਾਵਾਂ ਵੀ ਆਮ ਹੀ ਦਬਾਅ ਸਮੂਹਾਂ ਦੁਆਰਾ ਦੇਖਣ ਨੂੰ ਮਿਲ ਜਾਂਦੀਆਂ ਜਿਦਾ ਕਿ ਬਹੁਤ ਜ਼ਿਆਦਾ ਸੰਗੇ ਸਮਾਜ ਦੀ ਸਿਰਜਣਾ ਦੇ ਵਿੱਚ ਬਹੁਤ ਵੱਡੀ ਜਿਹੜੀ ਕਿ ਰੁਕਾਵਟ ਹੈ ਜਾਂ ਸਮੱਸਿਆ ਪੈਦਾ ਕਰਦੇ ਹਨ ਅੱਗੇ ਹੈ ਜੀ ਭ੍ਰਿਸ਼ਟਾਚਾਰ ਵਿੱਚ ਵਾਧਾ ਦਬਾਅ ਸਮੂਹ ਆਪਣੇ ਉਦੇਸ਼ ਦੀ ਪੂਰਤੀ ਲਈ ਰਿਸ਼ਵਤ ਦਿੰਦੇ ਹਨ ਆ ਰਾਜਨੀਤਿਕ ਦਲਾਂ ਦੀ ਧਨ ਨਾਲ ਮਦਦ ਕਰਦੇ ਹਨ ਸਰਕਾਰੀ ਅਧਿਕਾਰੀਆਂ ਨੂੰ ਕੀਮਤੀ ਤੋਹਫੇ ਦਿੰਦੇ ਹਨ ਜਿਸ ਨਾਲ ਭ੍ਰਿਸ਼ਟਾਚਾਰ ਵਿੱਚ ਵਾਧਾ ਹੋ ਜਾਂਦਾ ਹੈ ਜਦੋਂ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਉਹ ਸਰਕਾਰੀ ਅਧਿਕਾਰੀਆ ਵਿਧਾਇਕਾਂ ਮੰਤਰੀਆਂ ਨੂੰ ਪਾਰਟੀਆਂ ਤੇ ਬੁਲਾਉਂਦੇ ਆ ਗਿਫਟ ਦਿੰਦੇ ਆ ਧਨ ਨਾਲ ਮਦਦ ਕਰਦੇ ਆ ਜਿਹਦੇ ਨਾਲ ਪਿਛਤਾਚਾਰ ਦੇ ਵਿੱਚ ਵਾਅਦਾ ਜਿਹੜਾ ਹੈ ਉਹ ਹੁੰਦਾ ਹੈ ਰਾਸ਼ਟਰੀ ਇਕਤਾ ਨੂੰ ਖਤਰਾ ਦਬਾਅ ਸਮੂਹ ਦੀ ਸੋਚਣੀ ਰਾਸ਼ਟਰੀ ਨਾ ਹੋ ਕੇ ਸੀਮਤ ਹੁੰਦੀ ਹੈ ਸੀਮਤ ਕਿਥੋਂ ਤੱਕ ਸਿਰਫ ਆਪਣੇ ਦਬਾਅ ਸਮੂਹ ਦੇ ਮੈਂਬਰਾਂ ਦੇ ਹਿੱਤਾਂ ਦੀ ਪੂਰਤੀ ਤੱਕ ਸੀਮਤ ਹੋ ਜਾਂਦੀ ਹੈ ਜਿਦੇ ਨਾਲ ਰਾਸ਼ਟਰੀ ਇਕਤਾ ਲਈ ਖਤਰਾ ਬਣਦਾ ਕਿਉਂਕਿ ਜਿੰਨੇ ਵੀ ਦਬਾਅ ਸਮੂਹ ਨੇ ਸਾਰੇ ਜੇਕਰ ਆਪਣੇ ਆਪਣੇ ਹਿੱਤਾਂ ਦੀ ਪੂਰਤੀ ਲਈ ਸਰਕਾਰ ਤੇ ਦਬਾਅ ਪਾਉਣਗੇ ਸੰਘਰਸ਼ ਕਰਨਗੇ ਤਾਂ ਸਾਰਿਆਂ ਦੇ ਜਿਹੜੇ ਸੌੜੇ ਹਿੱਤ ਆਪਸ ਦੇ ਵਿੱਚ ਕਈ ਵਾਰੀ ਟਕਰਾਂਉਂਦੇ ਆ ਜਿਦੇ ਨਾਲ ਜਿਹੜੇ ਰਾਸ਼ਟਰੀ ਇਕਤਾ ਜਿਹਦਾ ਉਹਦਾ ਨੁਕਸਾਨ ਹੁੰਦਾ ਹੈ ਜਾਂ ਉਹਦੇ ਲਈ ਖਤਰਾ ਪੈਦਾ ਹੁੰਦਾ ਹੈ ਸੰਪਰਦਾਇਕਤਾ ਵਿੱਚ ਵਾਧਾ ਕਈ ਵਾਰੀ ਸੰਪਰਦਾਇਕ ਹਿੱਤਾਂ ਨੂੰ ਮੁੱਖ ਰੱਖ ਕੇ ਦਬਾਅ ਸਮੂਹ ਬਣਾਏ ਜਾਂਦੇ ਹਨ ਅਤੇ ਅਜਿਹੇ ਦਬਾਅ ਸਮੂਹ ਸੰਪਰਦਾਇਕਤਾ 'ਚ ਵਾਧਾ ਕਰਦੇ ਹਨ ਜਿਵੇਂ ਵੱਖ-ਵੱਖ ਧਰਮਾਂ ਨੇ ਆਪਣੇ ਆਪਣੇ ਧਰਮ ਤੇ ਸਭਿਆਚਾਰ ਨੂੰ ਪ੍ਰਮੋਟ ਕਰਨ ਦੇ ਲਈ ਵਧਾਵਾ ਦੇਣ ਦੇ ਲਈ ਆਪਣੇ ਆਪਣੇ ਦਬੋਸਮੂਹਾਂ ਦਾ ਨਿਰਮਾਣ ਕੀਤਾ ਹੁੰਦਾ ਹੈ। ਉਹ ਕਈ ਵਾਰੀ ਇੱਕ ਦੂਸਰੇ ਦੇ ਧਰਮ ਦੇ ਵਿਰੁੱਧ ਜਿਹੜਾ ਹੈ ਜ਼ਹਿਰ ਉਗਲਦੇ ਹਨ ਜਾਂ ਦੂਜੇ ਦੇ ਹਿੱਤਾਂ ਦਾ ਵਿਰੋਧ ਕਰਦੇ ਹਨ। ਜਿਹਦੇ ਨਾਲ ਜਿਹੜੀ ਸਥਿਤੀ ਹੈ ਉਹ ਤਨਾਹਪੂਰਨ ਹੁੰਦੀ ਹੈ ਅਤੇ ਸੰਪਰਦਾਇਕ ਮਾਹੌਲ ਪੈਦਾ ਹੁੰਦਾ ਹੈ ਜੋ ਰਾਸ਼ਟਰੀ ਇਕਤਾ ਲਈ ਦੇਸ਼ ਦੀ ਸ਼ਾਂਤੀ ਅਤੇ ਵਿਕਾਸ ਲਈ ਖਤਰਨਾਕ ਹੈ। ਤਾਂ ਇਹ ਸੀ ਤਬਾਸਮੂਹਾਂ ਦੇ ਔਗਣ ਜਿੱਥੇ ਅਸੀਂ ਗੁਣ ਪੜੇ ਆ ਉਹਦੇ ਨਾਲ ਹੀ ਦਬਾਅ ਸਮੂਹਾਂ ਦੇ ਕੁਝ ਔਗਣ ਵੀ ਹਨ ਭਾਵੇਂ ਦਬਾਅ ਸਮੂਹਾਂ ਦੇ ਕੁਝ ਦੋਸ਼ ਹਨ ਪਰ ਫਿਰ ਵੀ ਕੋਈ ਵੀ ਸਰਕਾਰ ਅਜਿਹੇ ਸਮੂਹਾਂ ਦੀ ਹੋਂਦ ਨੂੰ ਖਤਮ ਨਹੀਂ ਕਰ ਸਕਦੀ ਦਬਾਅ ਸਮੂਹ ਦੀ ਹੋਂਦ اٹਲ ਹੈ ਪਰ ਲੋੜ ਇਸ ਗੱਲ ਦੀ ਹੈ ਕਿ ਦਬਾਅ ਸਮੂਹਨੀਆਂ ਗਤੀਵਿਧੀਆਂ ਜਨਤਕ ਖੇਦਾਂ ਦੇ ਵਿਰੁੱਧ ਨਾ ਹੋਣ ਸਾਰੇ ਦਬਾਅ ਸਮੂਹਾਂ ਨੂੰ ਸੰਜੀਦਗੀ ਦਾ ਜਿਹੜਾ ਸੂਚਕ ਬਨਣਾ ਚਾਹੀਦਾ ਹੈ ਸੰਜੀਦਗੀ ਨਾਲ ਫੈਸਲੇ ਲੈਣੇ ਚਾਹੀਦੇ ਨੇ ਅਤੇ ਜਿਹੜੀ ਸੌੜੀ ਰਾਜਨੀਤੀ ਜਾਂ ਸੌੜੇਪਨ ਜਿਹੜੇ ਸੋਚ ਦਾ ਸੌੜਾਪਨ ਹੈ ਉਹਨੂੰ ਜਿਹੜਾ ਹੈ ਦੂਰ ਕਰਨਾ ਚਾਹੀਦਾ ਹੈ ਤੇ ਨਾਲ ਹੀ ਜਿੱਥੇ ਆਪਣੇ ਹਿੱਤਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਉੱਥੇ ਹੀ ਦੂਸਰਿਆਂ ਦੇ ਹਿੱਤਾਂ ਅਤੇ ਪੂਰੇ ਰਾਸ਼ਟਰ ਤੇ ਸਮਾਜ ਦੇ ਹਿੱਤਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਫੇਰ ਹੀ ਦਬਾਅ ਸਮੂਹ ਜਿਹੜਾ ਹੈ ਚੰਗਾ ਰੋਲ ਨਿਭਾ ਸਕਦੇ ਆਜ ਦੇ ਲੋਕਤੰਤਰ ਦੇ ਯੁੱਗ ਦੇ ਵਿੱਚ ਦਬਾਅ ਸਮੂਹ ਬਹੁਤ ਅਹਿਮ ਭੂਮਿਕਾ ਨਿਭਾ ਰਹੇ ਆਂ ਔਰ ਲਗਭਗ ਸਾਰੇ ਹੀ ਜਿੰਨੇ ਵੀ ਜਾਗਰੂਕ ਲੋਕ ਹਨ ਉਹਨਾਂ ਨੇ ਆਪਣੇ ਆਪਣੇ ਦਬਾਅ ਸਮੂਹਾਂ ਦਾ ਨਿਰਮਾਣ ਕੀਤਾ ਹੈ ਤੇ ਵੱਖ-ਵੱਖ ਤਰੀਕਿਆਂ ਦੇ ਨਾਲ ਦਬਾਅ ਸਮੂਹਾਂ ਜਿਹੜੇ ਉਹ ਸਰਕਾਰ ਤੇ ਆਪਣੀਆਂ ਮੰਗਾਂ ਦੇ ਲਈ ਦਬ ਪਾਉਂਦੇ ਰਹਿੰਦੇ ਹਨ ਇਸ ਤੋਂ ਬਾਅਦ ਹੈ ਜੀ ਦਬਾਅ ਸਮੂਹਾਂ ਅਤੇ ਰਾਜਨੀਤਿਕ ਦਲਾਂ ਵਿਚਕਾਰ ਅੰਤਰ ਅਸੀਂ ਰਾਜਨੀਤਿਕ ਦਲਾਂ ਬਾਰੇ ਵੀ ਜਾਣਦੇ ਹਾਂ ਤੇ ਦਬਾਅ ਸਮੂਹਾਂ ਬਾਰੇ ਵੀ ਪੜ ਚੁੱਕੇ ਹਾਂ ਤਾਂ ਦੋਨਾਂ ਦੇ ਵਿੱਚ ਕੀ ਕੀ ਜਿਹੜੇ ਅੰਤਰ ਹੁੰਦੇ ਹਨ ਸੰਗਠਨ ਚੰਤਰ ਸਭ ਤੋਂ ਪਹਿਲਾਂ ਕੀ ਹੈ ਜਿਹੜਾ ਸੰਗਠਨ ਹੈ ਉਹਦੇ ਵਿੱਚ ਅੰਤਰ ਹੈ ਰਾਜਨੀਤਿਕ ਦਲਾਂ ਅਤੇ ਦਬਾਅ ਸਮੂਹਾਂ ਦੇ ਸੰਗਠਨ ਵਿੱਚ ਵਿਸ਼ੇਸ਼ ਅੰਤਰ ਹੁੰਦਾ ਹੈ ਰਾਜਨੀਤਿਕ ਦਲ ਪੂਰੀ ਤਰ੍ਹਾਂ ਸੰਗਠਿਤ ਹੁੰਦੇ ਹਨ ਅਤੇ ਸੰਗਠਨ ਵਿੱਚ ਹੀ ਇਹਨਾਂ ਦੀ ਸ਼ਕਤੀ ਹੁੰਦੀ ਹੈ ਹਰ ਦਲ ਦਾ ਆਪਣਾ ਸੰਵਿਧਾਨ ਹੁੰਦਾ ਹੈ ਜਿਸ ਰਾਹੀਂ ਦਲ ਦਾ ਸੰਗਠਨ ਉਦੇਸ਼ ਅਤੇ ਮੈਂਬਰਾਂ ਦੀਆਂ ਜ਼ਿੰਮੇਵਾਰੀਆਂ ਨਿਸ਼ਚਿਤ ਕੀਤੀਆਂ ਹੁੰਦੀਆਂ ਹਨ ਇਸ ਦੇ ਉਲਟ ਦਬਾਅ ਸਮੂਹੀ ਸੰਗਠਿਤਤਾ ਹੁੰਦੇ ਹਨ ਪਰੰਤੂ ਉਹਨਾਂ ਦਾ ਸੰਗਠਨ ਇੰਨਾ ਮਜ਼ਬੂਤ ਨਹੀਂ ਹੁੰਦਾਗਾ ਰਾਜਦਿਕ ਦਲ ਜ਼ਿਆਦਾ ਮਜ਼ਬੂਤੀ ਦੇ ਨਾਲ ਸੰਗਠਿਤ ਹੁੰਦੇ ਹਨ ਜ਼ਿਆਦਾ ਵਿਵਸਥਕ ਤੌਰ ਰੂਪ ਵਿੱਚ ਸੰਗਠਿਤ ਹੁੰਦੇ ਆ ਪਰ ਦਬਾਅ ਸਮੂਹ ਸੰਗਠਨ ਹੁੰਦਾ ਹੈ ਇਹਨਾਂ ਦਾ ਇਹ ਵੀ ਸੰਗਠਤ ਹੁੰਦੇ ਇਹਨਾਂ ਦੇ ਵਿਅਧਿਧਾਰ ਹੁੰਦੇ ਆ ਪਰ ਰਾਜਨੀਤਿਕ ਦਲਾਂ ਜਿੰਨੇ ਜਿਹੜਾ ਹੈਗਾ ਇਹਨਾਂ ਦਾ ਸੰਗਠਨ ਮਜ਼ਬੂਤ ਨਹੀਂ ਹੁੰਦਾਗਾ ਇਸ ਤੋਂ ਬਾਅਦ ਹੈ ਜੀ ਪ੍ਰਭਾਵਾਂ ਚੰਤਰ ਜਿਹੜੇ ਰਾਜਨੀਤਿਕ ਦਲਾ ਅਤੇ ਦਬਾਅ ਸਮੂਹਾਂ ਦੇ ਪ੍ਰਭਾਵ ਚੰਤਰ ਹੁੰਦਾ ਰਾਜਨੀਤਿਕ ਦਲਾਂ ਦਾ ਪ੍ਰਸਾਰ ਆਮ ਤੌਰ ਤੇ ਰਾਸ਼ਟਰੀ ਪੱਧਰ ਤੇ ਹੁੰਦਾ ਇਸ ਕਰਕੇ ਉਹਨਾਂ ਦਾ ਪ੍ਰਭਾਵ ਵੀ ਰਾਸ਼ਟਰੀ ਪੱਧਰ ਤੇ ਹੁੰਦਾ ਹੈ ਇਹਦੇ ਉਲਟ ਦਬਾਸ ਸਮੂਹਾਂ ਦਾ ਪ੍ਰਭਾਵ ਵਿਸ਼ਾਲ ਨਹੀਂ ਹੁੰਦਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਵੀ ਸਿਰਫ ਆਪਣੇ ਜਿਹੜੇ ਮੈਂਬਰ ਨੇ ਉਹਨਾਂ ਦੇ ਹਿੱਤਾਂ ਦਾ ਜਿਹੜਾ ਦੀ ਪੂਰਤੀ ਹੀ ਉਹਨਾਂ ਦਾ ਮਕਸਦ ਹੁੰਦਾ ਤਾਂ ਉਹਨਾਂ ਦਾ ਜਿਹੜਾ ਪ੍ਰਭਾਵ ਹੈ ਉਹ ਵੀ ਸੀਮਿਤ ਹੁੰਦਾ ਹੈ ਉਦਾਹਰਨ ਵਜੋਂ ਪੰਜਾਬ ਕਾਲਜ ਅਧਿਆਪਕ ਸੰਘ ਹੈ ਉਹਦਾ ਪ੍ਰਭਾਵ ਪੰਜਾਬ ਤੱਕ ਹੈ ਹਰਿਆਣਾ ਕਾਲਜ ਅਧਿਆਪਕ ਸੰਘ ਹੈ ਉਹਦਾ ਪ੍ਰਭਾਵ ਹਰਿਆਣੇ ਤੱਕ ਹੈ ਪਰ ਜਿਹੜੇ ਬਹੁਤ ਸਾਰੇ ਰਾਜਨੀਤਿਕ ਦਲ ਹੈ ਉਹਨਾਂ ਦਾ ਪ੍ਰਭਾਵ ਕਈ ਜ਼ਿਆਦਾ ਸਟੇਟਾਂ ਜਾਂ ਪੂਰੇ ਰਾਸ਼ਟਰ ਦੇ ਵਿੱਚ ਵੀ ਹੈ ਇਸ ਲਈ ਦੋਨਾਂ ਦੇ ਪ੍ਰਭਾਵਾਂ ਵਿੱਚ ਵੀ ਅੰਤਰ ਜਿਹੜਾ ਹੈ ਉਹ ਪਾਇਆ ਜਾਂਦਾ ਹੈ ਇਸ ਤੋਂ ਬਾਅਦ ਹੈ ਜੀ ਰਾਜਨੀਤਿਕ ਗਤੀਵਿਧੀਆਂ ਵਿੱਚ ਭਾਗ ਲੈਣ ਸੰਬੰਧੀ ਅੰਤਰ ਰਾਜਨੀਤਿਕ ਦਲਾਂ ਅਤੇ ਦਬਾਅ ਸਮੂਹਾਂ ਦੇ ਰਾਜਨੀਤਿਕ ਗਤੀਵਿਧੀਆਂ ਵਿੱਚ ਭਾਗ ਲੈਣ ਸੰਬੰਧੀ ਵੀ ਅੰਤਰ ਜਿਹੜਾ ਹੈ ਇਹਨੂੰ ਮਿਟਾ ਅੰਤਰ ਕਰ ਲੋ ਅੰਤਰ ਜਿਹੜਾ ਹੈ ਉਹ ਪਾਇਆ ਜਾਂਦਾ ਹੈ ਰਾਜਨੀਤਿਕ ਰਾਜਨੀਤੀ ਰਾਜਨੀਤਿਕ ਦਲਾਂ ਦਾ ਮੁੱਖ ਤੰਦਾ ਹੈ ਰਾਜਨੀਤਿਕ ਦਲਾਂ ਦਾ ਮੁੱਖ ਕੰਮ ਹੀ ਰਾਜਨੀਤੀ ਕਰਨਾ ਹੈ ਉਹ ਹਰ ਵੇਲੇ ਰਾਜਨੀਤਿਕ ਗੜ ਜੋੜ ਦੀ ਪ੍ਰਕਿਰਿਆ ਵਿੱਚ ਲੱਗੇ ਰਹਿੰਦੇ ਹਨ ਅਤੇ ਉਹਨਾਂ ਦਾ ਹਰ ਕਾਰਜ ਸੱਤਾ ਗ੍ਰਹਿਣ ਦੀ ਦਿਸ਼ਾ ਵੱਲ ਹੁੰਦਾ ਹੈ ਇਸ ਦੇ ਉਲਟ ਜਿਹੜੇ ਦਬਾਅ ਸਮੂਹ ਹਨ ਉਹ ਰਾਜਨੀਤਿਕ ਗਤੀਵਿਧੀਆਂ ਪੈਨ ਸਰੂਪ ਦੀਆਂ ਹੁੰਦੀਆਂ ਉਹਨਾਂ ਦੀ ਦਬਾਅ ਸਮੂਹ ਕੇਵਲ ਆਪਣੇ ਹਿੱਤਾਂ ਦੀ ਰਾਖੀ ਲਈ ਹੀ ਸਰਕਾਰ ਤੇ ਦਬਾਅ ਪਾਉਂਦੇ ਹਨ ਉਹਨਾਂ ਚੋਣ ਲੜਦੇ ਹੈ ਤੇ ਨਾ ਹੀ ਉਹਨਾਂ ਨੂੰ ਸੱਤਾ ਗ੍ਰਹਿਣ ਕਰਨ ਦੀ ਲਾਲਸਾ ਹੁੰਦੀ ਹੈ ਤੇ ਨਾ ਹੀ ਦਬਾਅ ਸਮੂਹ ਸੱਤਾ ਗ੍ਰਹਿਣ ਕਰਨ ਦੇ ਲਈ ਕੰਮ ਕਰਦੇ ਆ ਉਹਨਾਂ ਦਾ ਇੱਕੋ ਦੇਸ਼ ਹੁੰਦਾ ਹੈ ਕਿ ਵੱਧ ਤੋਂ ਵੱਧ ਤਰੀਕਾ ਰਹੀਂ ਆਪਣੇ ਮੈਂਬਰਾਂ ਦੇ ਹਿੱਤਾਂ ਦੀ ਜਿਹੜੀ ਪੂਰਤੀ ਕਰਨੇ ਜਾਂ ਆਪਣੇ ਹਿੱਤਾਂ ਦੀ ਪੂਰਤੀ ਲਈ ਮੰਗਾਂ ਮੰਨਵਾਉਣੀਆਂ ਪਰ ਰਾਜਨੀਤਿਕ ਦਲ ਰਾਜਿਤ ਗਠ ਜੋੜ ਦੇ ਲਈ ਸੱਤਾ ਪ੍ਰਾਪਤੀ ਦੇ ਲਈ ਸੰਘਰਸ਼ ਕਰਦੇ ਹਨ ਇਸ ਲਈ ਦੋਨਾਂ ਦੀਆਂ ਰਾਜਿਤ ਗਤੀ ਦੀਆਂ ਜੋ ਭਾਗ ਲੈਣ ਸੰਬੰਧੀ ਅੰਤਰਾ ਦੋਨਾਂ ਦੇ ਮਕਸਦ ਦੇ ਵਿੱਚ ਅੰਤਰ ਹੈ ਇਸ ਤੋਂ ਬਾਅਦ ਹੈ ਜੀ ਆਧਾਰ ਵਿੱਚ ਅੰਤਰ ਇਹ ਪੁਆਇੰਟ ਹੈ ਬੇਟਾ ਆਧਾਰ ਵਿੱਚ ਅੰਤਰ ਰਾਜਨੀਤਿਕ ਦਲਾਂ ਅਤੇ ਦਬਾਅ ਸਮੂਹਾਂ ਦੇ ਆਧਾਰ ਵਿੱਚ ਵੀ ਅੰਤਰ ਪਾਇਆ ਜਾਂਦਾ ਹੈ ਆ ਰਾਜਨੀਤਿਕ ਦਲਾਂ ਦਾ ਆਧਾਰ ਰਾਜਨੀਤਿਕ ਆਰਥਿਕ ਅਤੇ ਸਮਾਜਿਕ ਪ੍ਰੋਗਰਾਮ ਹੁੰਦਾ ਹੈ ਜਿਸ ਨੂੰ ਮੁੱਖ ਰੱਖ ਕੇ ਉਹ ਆਪਣੇ ਆਪ ਨੂੰ ਸੰਗਠਿਤ ਕਰਦੇ ਹਨ ਅਤੇ ਆਪਣੇ ਪ੍ਰੋਗਰਾਮ ਨੂੰ ਅਭਲੀ ਰੂਪ ਦੇਣ ਲਈ ਯਤਨਸ਼ੀਲ ਰਹਿੰਦੇ ਹਨ ਇਸ ਦੇ ਉਲਟ ਦਬਾਅ ਸਮੂਹ ਦੀ ਕੋਈ ਵਿਸ਼ੇਸ਼ ਵਿਚਾਰਧਾਰਾ ਨਹੀਂ ਹੁੰਦੀ ਸਗੋਂ ਇਹ ਤਾਂ ਆਪਣੇ ਹਿੱਤਾਂ ਦੀ ਪੂਰਤੀ ਲਈ ਹੀ ਹੋਂਦ ਵਿੱਚ ਆਉਂਦੇ ਹਨ ਅਤੇ ਇਸ ਲਈ ਯਤਨਸ਼ੀਲ ਰਹਿੰਦੇ ਹਨ ਇੱਕ ਦਬਾਅ ਸਮੂਹ ਦੇ ਮੈਂਬਰ ਵੱਖ-ਵੱਖ ਵਿਚਾਰਧਾਰਾ ਰੱਖਣ ਵਾਲੇ ਵਿਅਕਤੀ ਹੁੰਦੇ ਹਨ ਜਿਹੜੇ ਦਬਾਅ ਸਮੂਹ ਦੇ ਮੈਂਬਰ ਆ ਹੋ ਸਕਦਾ ਉਹਨਾਂ ਦੀ ਜਿਹੜੀ ਰਾਜਨੀਤਿਕ ਵਿਚਾਰਧਾਰਾ ਉਹ ਅਲੱਗ-ਅਲੱਗ ਹੋਵੇ ਪਰ ਰਾਜਨੀਤਿਕ ਤੇ ਜਿਹੜੇ ਰਾਜਨੀਤਿਕ ਦਲ ਨੇ ਉਹਨਾਂ ਦਾ ਇੱਕ ਆਪਣਾ ਸੋਚ ਆਪਣੀ ਵਿਚਾਰਧਾਰਾ ਇੱਕ ਮਕਸਦ ਹੁੰਦਾ ਹੈ ਆਪਣੀ ਕਿ ਰਾਜਨੀਤਿਕ ਆਰਥਿਕ ਤੇ ਸਮਾਜਿਕ ਪ੍ਰੋਗਰਾਮ ਹੁੰਦਾ ਹੈ ਸਾਰੇ ਮੈਂਬਰਾਂ ਦਾ ਉਹਨਾਂ ਨਾਲ ਸਹਿਮਤ ਹੋਣਾ ਜ਼ਰੂਰੀ ਹੁੰਦਾ ਹੈ ਇਸ ਤੋਂ ਬਾਅਦ ਉਦੇਸ਼ਾਂ ਵਿੱਚ ਅੰਤਰ ਰਾਜਨੀਤਿਕ ਦਲਾਂ ਅਤੇ ਦਬਾਅ ਸਮੂਹਾਂ ਦੇ ਉਦੇਸ਼ਾਂ ਵਿੱਚ ਵੀ ਅੰਤਰ ਪਾਇਆ ਜਾਂਦਾ ਹੈ ਰਾਜਨੀਤਿਕ ਦਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਮੱਸਿਆਵਾਂ ਨੂੰ ਆਪਣੇ ਪ੍ਰੋਗਰਾਮ ਦਾ ਆਧਾਰ ਬਣਾਉਂਦੇ ਹਨ ਚੋਣਾ ਸਮੇ ਆਪਣੇ ਪਰਵਾਰਾਂ ਨੂੰ ਛਾਪ ਕੇ ਲੋਕਾਂ 'ਚ ਵੰਦੇ ਹਨ ਅਤੇ ਜੀਵਨ ਦੇ ਹਰ ਖੇਤਰ ਨਾਲ ਸੰਬੰਧ ਸਮੱਸਿਆਵਾਂ ਨੂੰ ਹੱਲ ਕਰ ਲਈ ਯਤਨਸ਼ੀਲ ਰਹਿੰਦੇ ਹਨ ਜਿੰਨੀਆਂ ਵੀ ਸਮੱਸਿਆਵਾਂ ਨੇ ਕਿਉਂਕਿ ਰਾਜਨੀਤੀ ਨੀਤੀ ਨਿਰਮਾਣ ਕਰਨ ਦੀ ਕਲਾ ਹੈ ਸ਼ਾਸਨ ਪ੍ਰਕਿਰਿਆ ਹੈ ਉਹਦੇ 'ਚ ਸਾਰੀਆਂ ਹੀ ਸਮੱਸਿਆਵਾਂ ਆ ਜਾਂਦੀਆਂ ਨੇ ਸਾਰੀਆਂ ਲਈ ਹੀ ਜਿਹੜੇ ਪ੍ਰੋਗਰਾਮ ਤੇ ਨੀਤੀਆਂ ਬਣਾਇਆ ਜਾਂਦੀਆਂ ਪਰ ਜਿਹੜੇ ਦਬਾਅ ਸਮੂਹ ਐ ਉਹਨਾਂ ਦਾ ਉਦੇਸ਼ ਸੀਮਤ ਹੁੰਦਾ ਹੈ ਉਹਨਾਂ ਦਾ ਸਬੰਧ ਕੇਵਲ ਆਪਣੇ ਵਰਗ ਦੇ ਹਿੱਤਾਂ ਲਈ ਰਾਖੀ ਕਰਨਾ ਹੁੰਦਾ ਹੈ ਜਿਹੜੇ ਹਿੱਤ ਉਹਨਾਂ ਦੇ ਆਪਣੇ ਵਰਗ ਦੇ ਹਿੱਤਾਂ ਨਾਲ ਜਾਂ ਆਪਣੇ ਸਮੂਹ ਦੇ ਹਿੱਤ ਦੇ ਲੋਕਾਂ ਨਾਲ ਜੁੜੇ ਆ ਸਿਰਫ ਉਹਨਾਂ ਲਈ ਉਹ ਕੰਮ ਕਰਦੇ ਆ ਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਮੱਸਿਆ ਸੰਬੰਧੀ ਉਹਨਾਂ ਨੂੰ ਚਿੰਤਾ ਨਹੀਂ ਹੁੰਦੀ ਆ ਸਰਕਾਰੀ ਸੱਤਾ ਪ੍ਰਾਪਤ ਕਰਨ ਸੰਬੰਧੀ ਅੰਤਰ ਰਾਜਨਿਤਿਕ ਦਲਾਂ ਦਾ ਮੁੱਖ ਦੇਚ ਸਰਕਾਰੀ ਸੱਤਾ ਪ੍ਰਾਪਤ ਕਰਨਾ ਹੁੰਦਾ ਹੈ ਅਤੇ ਉਹ ਹਰ ਕਾਰਜ ਕਰਦੇ ਸਮੇਂ ਇਸ ਨੂੰ ਵਿਸ਼ੇਸ਼ ਉਦੇਸ਼ ਨੂੰ ਧਿਆਨ ਚ ਰੱਖਦੇ ਆ ਕਿਉਂਕਿ ਉਹਨਾਂ ਦਾ ਕੰਮ ਹੈ ਸੱਤਾ ਪ੍ਰਾਪਤੀ ਇਸ ਦੇ ਉਲਟ ਦਬਾਅ ਸਮੂਹਾਂ ਦਾ ਦੇਚ ਸੱਤਾ ਪ੍ਰਾਪਤੀ ਨਹੀਂ ਸਗੋ ਆਪਣੇ ਹਿੱਤਾਂ ਦੀ ਰਾਖੀ ਕਰਨਾ ਹੁੰਦਾ ਹੈ ਅਤੇ ਜੇ ਦੀ ਪੂਰਤੀ ਲਈ ਉਹ ਯਤਨਸ਼ੀਲ ਵੀ ਏਸੀ ਸਾਡਾ ਅੱਜ ਦਾ ਟੌਪਿਕ ਜਿਸ ਦੇ ਵਿੱਚ ਅਸੀਂ ਦਬਾਅ ਸਮੂਹਾਂ ਦੇ ਕੰਮ ਕਰਨ ਦੇ ਤਰੀਕੇ ਜਾਂ ਟਾਂਕ ਅਤੇ ਰਾਜਨੀਤਿਕ ਦਲਾਂ ਅਤੇ ਦਬਾਅ ਸਮੂਹਾਂ ਵਿੱਚ ਅੰਤਰ ਬਾਰੇ ਪੜਿਆ ਹੈ ਉਮੀਦ ਹੈ ਅੱਜ ਦੀ ਕਲਾਸ ਤੁਹਾਡੇ ਲਈ ਲਾਹੇਵੰਦ ਹੋਈ ਹੋਵੇਗੀ ਧੰਨਵਾਦ ਸ਼ੁਕਰੀਆ